ਟੀਮ ਮੇਰੇ ਮਿੱਤਰੋ ਕਦੇ ਬਾਰੇਕਾ ਦੀ ਟੀਮ ਆ ਸੈਂਟਰ ਦੇ ਵਿੱਚ ਬਾਰੇਕਾ ਦੀ ਟੀਮ ਦੇ ਵਿੱਚ ਆਹ ਕਦੇ ਸਚਿਨ ਖੇਡਦਾ ਸਕੀਰ ਵਾਲਾ ਪਿੰਡ ਹੈ ਔਰ ਨਾਲ ਕਦੇ ਇੱਕ ਪਾਸੇ ਤਰਨੀ ਅੰਕਲ ਹੈ ਜਿਹੜਾ ਵਾਈਟ ਕਲਰ ਦੀ ਟੀ ਸ਼ਰਟ ਪਾ ਕੇ ਖੇਡੀ ਆਉਂਦਾ ਹੈ ਔਰ ਜਿਹੜਾ ਖਿਡਾਰੀ ਕਦੇ ਹੈ ਸਚਿਨ ਦੇ ਸੱਜੇ ਹੱਥ ਵਾਲੇ ਪਾਸੇ ਖੇਡਦਾ ਹੈ ਇਹ ਮੇਰੇ ਮਿੱਤਰੋ ਕਦੇ ਵਿਕਾਸ ਹੈ ਬਾਰੇਕਾ ਦੀ ਧਰਤੀ ਆ ਔਰ ਕਦੇ ਵਿਕਾਸ ਦੇ ਪਿੱਛੇ ਜੱਗਾ ਖੇਡਦਾ ਹੈ ਵੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਔਰ ਵੱਡਾ ਹੋ ਕੇ ਵਾਲੀਬਾਲ ਖੇਡਦਾ ਹੈ ਆਹ ਕਦੇ ਜੱਗੇ ਦੇ ਚਰਚੇ ਅੱਜ ਕੱਲ ਆਹ ਕਦੇ ਦੂਰ ਦੁਰਾਡੇ ਹੁੰਦੇ ਹੈ ਔਰ ਲੱਗਦਾ ਕਿ ਕਾਲਾ ਕਦੇ ਘਰਾਂ ਵਿੱਚ ਘਰੇ ਬੈਠਾ ਔਰ ਕਦੇ ਲਾਈ ਤੱਕੀ ਆਉਂਦਾ ਔਰ ਜਿਹੜਾ ਖਿਡਾਰੀ ਆ ਨੈਟ ਤੇ ਕਦੇ ਖੇਡਦਾ ਹੈ ਆਹ ਮੁੰਡੇ ਦਾ ਕਦੇ ਚੈਨੇ ਵਾਲਾ ਪਿੰਡ ਹੈ ਇਹ ਕਦੇ ਪਰਮਾ ਚੈਨੇ ਵਾਲੀ ਧਰਤੀ ਦਾ ਔਰ ਬਰਿਆਮ ਖੇਡੇ ਵਾਲੇ ਮੈਂਡੀ ਸ਼ਰਮਾ ਦੇ ਆ ਆਹ ਖਿਡਾਰੀ ਦਾ ਕਦੇ ਇੱਕ ਗੱਡੀ ਨਾਲ ਸਨਮਾਨ ਕਦੇ ਕੀਤਾ ਹੈ ਔਰ ਦੁਨੀਆਂ ਦਾ ਟੋਪਰ ਹੈ ਔਰ ਦੂਸਰੇ ਪਾਸੇ ਬਹਾਦਰ ਰਵੀ ਆ ਆਪਾਂ ਰਵੀ ਕਹਿੰਦੇ ਹੈ ਤੇ ਗੱਲ ਦੇ ਵਿੱਚ ਕੋਈ ਦੁਹਰਾਈ ਨਹੀਂ ਹੈ ਬਹਾਦਰਗੜ ਦਾ ਰਵੀ ਹੈ ਆਪਣੇ ਆਪ ਦੇ ਵਿੱਚ ਪੂਰੀ ਇੱਕ ਟੀਮ ਬਣੀ ਹੋਈ ਹੈ ਔਰ ਸਾਹਮਣੇ ਨੰਬਰ ਆਹ ਕਦੇ ਯੂਪੀ ਵਾਲੇ ਆ ਚੌਧਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਦੇ ਜੋੜ ਗਏ ਆ ਔਰ ਉਸ ਤੋਂ ਬਾਅਦ ਆਪਾਂ ਸੈਮੀ ਫਾਈਨਲ ਦੀਆਂ ਟਾਈਆਂ ਜਿਹੜੀਆਂ ਕੱਢ ਦੇਵਾਂਗੇ ਵਾਕਈ ਕਹਿੰਦੇ ਆਏ ਨੰਬਰ ਗਲਾ ਜੋੜ ਦਿੱਤਾ ਮੁੰਡਿਆਂ ਨੇ ਸਾਹਮਣੇ ਕਹਿੰਦੇ ਮੁੰਡੇ ਬਾਰੇਕਾ ਵਾਲੇ ਖੇਡ ਰਹੇ ਆ ਸਚਿਨ ਸੈਂਟਰ ਦੇ ਵਿੱਚ ਖੇਡ ਰਿਹਾ ਪਰ ਇੱਧਰ ਗਲਤੀ ਗਲਤੀ ਮੁੰਡੇ ਯੂਪੀ ਵਾਲੇ ਕਰ ਗਿਆ ਵੱਡੀ ਟੱਕਰਾ ਵੱਡਾ ਜਿਹੜਾ ਬੱਦਣਾ ਮੇਰੇ ਵੀਰੋ ਬਹੁਤ ਤਕੜੇ ਮੈਚ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਦੋ ਨੰਬਰ ਗਰਾਊਂਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਮੁੰਡੇ ਬਾਰੇਕਾ ਵਾਲੇ ਖੇਡ ਰਹੇ ਮੈਨੂੰ ਲੱਗਦਾ ਵੀ ਪਹਿਲਾ ਪੁਆਇੰਟ ਹਾਏ ਜਿਹੜਾ ਆਪਣੀ ਟੀਮ ਦੇ ਲਈ ਮੁੰਡਿਆਂ ਨੇ ਜੋੜ ਲਿਆ ਵੀ ਜਿਹੜਾ ਪਹਿਲਾ ਕਰਜ਼ੇਵਾਰ ਵੀ ਉਹ ਜੇਤੂ ਮੇਲੇ ਦਾ ਅਣਖਤ ਹੋ ਵੀ ਜਿੱਤਾ ਉਹ ਦਾਵਾ ਰਾਜੇ ਖੇਲੇ ਦਾ ਜਿਹੜਾ ਪਹਿਲਾ ਕਰਜ਼ੇਵਾਰ ਉਹ ਜੇਤੂ ਮੇਲੇ ਦਾ ਪਰਮਾ ਕਹਿਦਾ ਕਹਿ ਕਹਿੰਦੀ ਵੀ ਕੋਟਕਪੁਰਿਆ ਫਟ ਗਿਆ ਔਰ ਬਾਲ ਕੋਈ ਦੀ ਨੰਬਰ ਦਿੰਦਾ ਔਰ ਜਿਹੜੀ ਪਰਮੇ ਦੇ ਝਾਪੇ ਤੇ ਆ ਗਿਆ ਆਓ ਫਿਰ ਸਭ ਤੋਂ ਵੀ ਮੱਝ ਆ ਗਿਆ ਔਰ ਸਾਹਮਣੇ ਖੇਡ ਰਹੇ ਆਓ ਗਰਾਊਂਡ ਦੇ ਵਿੱਚ ਨੰਬਰ ਹੁਣ ਤੱਕ ਦੇ ਕਦੇ ਫਰਾਰੀ ਦੇ ਆਓ ਮੇਰੇ ਮਿੱਤਰੋ ਕਦੇ ਜੋੜ ਦੇਣਾ ਆਹ ਕਦੇ ਸੱਜਣਾ ਜਿਹਨੇ ਹੁਣ ਕੋਸ਼ਿਸ਼ ਕਦੇ ਕੀਤੀ ਹੈ ਔਰ ਟੀਮਾਂ ਦੋਵੇਂ ਟੋਪ ਆ ਆਹ ਮੇਰੇ ਮਿੱਤਰੋ ਕਦੇ ਬਣੀਆਂ ਹੋਈਆਂ ਨੇ ਰਵੀ ਬਹਾਦਰ ਗੜਾ ਲਿਆ ਹੁਣ ਜੋੜ ਕੇ ਤਮਾਤ ਆਹ ਬਹੁਤ ਕਦੇ ਲਾਉਣਾ ਪੈਣਾ ਗੱਲ ਫੇਰ ਰਹੀ ਹੈ ਆਹ ਟਿਕਾਣੇ ਕਦੇ ਲੱਗਣੀਆਂ ਪਿੱਛੇ ਕਦੇ ਜੱਟਾਂ ਜਿਹਨੇ ਕੋਸ਼ਿਸ਼ ਕਦੇ ਕੀਤੀ ਹੈ ਵੀ ਜੱਗੇ ਜੱਟ ਦੇ ਟਿਕਾਣੇ ਔਰ ਰੱਬ ਹੀ ਜਾਣੇ ਜੱਗੇ ਜੱਟ ਦੇ ਕਬੂਤਰ ਚੀਨੇ ਔਰ ਨਦੀਆਂ ਤੋਂ ਪਾਰ ਚੁਗਦੇ ਗਾਣੇ ਅੱਜ ਜੱਗੇ ਦੀਆਂ ਗੱਲਾਂ ਅੱਜ ਕੱਲ੍ਹ ਦੂਰ ਦੂਰ ਤੱਕ ਹੁੰਦੀਆਂ ਨੇ ਰਵੀ ਮਹਿੰਦਰਾ ਚੱਕ ਮੈਚ ਹੈ ਔਰ ਕਰਦੇ ਸਿਫਤ ਮੁੰਡਿਆਂ ਦੀ ਆਓ ਵਾਕੇ ਅੱਜ ਗੱਲਾਂ ਕਹਿੰਦੇ ਦੂਰ ਦੁਰਾਡੇ ਹੁੰਦੀਆਂ ਨਾ ਮੁੰਡਿਆਂ ਦੀਆਂ ਬਾਰੇ ਕਾਲੇ ਵੀ ਵੱਡੇ ਕੱਪਾਂ ਦੇ ਬੈਸਟ ਹੈ ਤੇ ਟੀਮ ਜਿਹੜੀ ਸਹਾਰਨਪੁਰ ਯੂਪੀ ਦੀ ਖੇਡ ਰਹੀ ਹੈ ਘੱਟ ਇਹ ਵੀ ਨਹੀਂ ਜਾਪਦੇ ਹਰਿਆਣਾ ਪੰਜਾਬ ਦੇ ਵੱਡੇ ਮੇਲੇ ਔਰ ਖੇਡਦੇ ਆ ਪਰ ਇੱਧਰ ਗਲਤੀ ਕਰ ਗਿਆ ਮੁੰਡਾ ਥਰਡ ਮੈਨ ਪਰ ਕੀਤੀਆਂ ਗਲਤੀਆਂ ਬੜੀਆਂ ਭਾਰੀ ਪੈਣੀਆਂ ਪਿਆਰੀ ਫੜਨੀ ਪੈਣੀ ਆ ਮੁੰਡੇ ਬਾਰੇ ਕਾਲੇ ਮੈਨੂੰ ਖਿੱਟ ਜਾਪਦੇ ਆ ਨੰਬਰ ਮੈਨੂੰ ਲੱਗਦਾ 2-3 ਬਣਾ ਗਏ ਮੁੰਡੇ ਇੱਕ ਵੱਡੀ ਲੀਡ ਹੋਏ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੁੰਡੇ ਉਹ ਕਿਵੇਂ ਲੱਗਿਆ ਕੰਮ ਬਾਰੇ ਕਾਲਿਆਂ ਦਾ ਇੱਕ ਵਾਰੀ ਤਾੜੀ ਤੂੜੀ ਤਾਂ ਮਾਰੋ ਯਾਰ ਹਾਰ ਕਦੇ ਦਿਮਾਗ ਹੋਵੇ ਸਚਿਨ ਕਦੇ ਲਾ ਗਿਆ ਹਰੀਪੁਰੇ ਦੀ ਧਰਤੀ ਆ
ਜ਼ਿਲ੍ਹੇ ਸਰਸੇ ਦਾ ਕਦੇ ਮਾਣ ਮੱਤਾ ਪੈਂਦਾ ਹੈ। ਇਹ ਕੀ ਗੱਲ ਸੁਣਾਈਏ, ਜ਼ਿਲ੍ਹੇ ਸਰਸੇ ਦੀ ਹੈ। ਹਰ ਘੱਗਰ ਨਦੀ ਉੱਤੇ ਫਸਿਆ ਛੋਟਾ ਜਿਹਾ ਸ਼ਹਿਰ ਕਦੇ ਹੈ, ਹਰ ਚਾਰੇ ਪਾਸੇ ਆ ਧਰਮਾਂ ਦੀ ਨਗਰੀ ਹੈ। ਰੋੜੀ ਬਾਜ਼ਾਰ ਵਿੱਚ ਵੱਜਦੇ ਧੱਕੇ ਹੈ ਤੇ ਵਾਲਮੀਕਿ ਚੌਂਕ ਚ ਪੜ੍ਹਦੇ ਬੱਕਰੇ ਹੈ ਤੇ ਰਹਿੰਦਾ ਸਾਗਵਰ ਚੌਂਕ ਤੇ ਬੁਰਾ ਹਾਲ ਹੈ। ਵੀ ਸਾਰ ਰੋਡ ਤੇ ਖੁੱਲ ਗਏ ਮੈਰਿਜ ਪੈਲਸ ਹੈ ਤੇ ਹਸਪਤਾਲ ਤੇ ਭਾਂਡੀ ਰਾਮ ਦੇ ਪਕੌੜੇ ਹਰ ਚੇਤਨ ਦੇ ਛੋਲੇ ਭਟੂਰੇ ਦਾ ਮਿੱਤਰ ਹਰ ਕੋਈ ਬਣਿਆ ਦਵਾਨਾ ਤੇ ਹੋਸਪਿਟਲ ਦੇ ਮੂਹਰੇ ਕਲੋਨੀ ਆ ਬਣਦੀ ਕੰਜਰ ਖਾਨਾ ਤੇ ਓ ਐਚ ਐਮ ਨੇ ਭਟਕਦੀ ਜਨਤਾ ਅੱਜ ਕੱਲ ਕੁਲਦੀਪ ਮਾਨਕ ਨੂੰ ਭੁੱਲ ਗਏ ਤੇ ਟਾਊਨ ਪਾਰਕ ਦੇ ਸ਼ਰੇਆਮ ਆਸ਼ਕੀ ਆ ਸਾਹਮਣੇ ਕੋਚਿੰਗ ਸੈਂਟਰ ਖੁੱਲ ਗਏ ਤੇ ਜਿਹੜਾ ਬਣ ਗਿਆ ਕਿਹੜਾ ਸੀ ਡੀ ਐਨ ਯੂਨੀਵਰਸਿਟੀ ਹੈ ਹਰ ਸਾਰੀ ਜ਼ਿੰਦਗੀ ਚੇਤੇ ਰਹਿੰਦਾ ਹੈ ਤੇ ਹੁਸਨਾ ਦਾ ਕਹਿਰ ਬਰਨਾਲਾ ਰੋਡ ਵੀ ਨੈਸ਼ਨਲ ਕਾਲਜ ਤੋਂ ਲੈ ਕੇ ਹੈ ਔਰ ਜਿਸ ਦੀ ਤੱਕ ਦੁੱਲ ਦੁੱਲ ਪੈਂਦਾ ਹੈ ਬੜਾ ਮੁੰਡੇ ਆਪਾਂ ਕਹਿ ਦਈਏ ਔਰ ਫਿਰ ਵਾਲੀਬਾਲ ਨੂੰ ਵੱਡਾ ਪਿਆਰ ਕਦੇ ਕਰ ਰਿਹਾ ਹੈ ਔਰ ਸਮੇਂ ਕਦੇ ਔਰ ਸਫਾਤਰ ਕਦੇ ਕਮਾਲ ਕਦੇ ਕਰ ਗਿਆ ਔਰ ਸਰਵਿਸ ਕਦੇ ਸੌਰਵ ਨੇ ਕਦੇ ਕਰ ਦਿੱਤੀ ਹੈ ਨਾਲ ਕਦੇ ਸਚਿਨ ਰਾਣਾ ਕਦੇ ਖੇਡ ਰਿਹਾ ਹੈ ਔਰ ਟੀਮਾਂ ਜਿਹੜੀਆਂ ਦੋਨੇ ਔਰ ਮੇਰੇ ਮਿੱਤਰੋ ਕਦੇ ਟੋਕਦੇ ਆ ਔਰ ਨੰਬਰ ਥੋੜਾ ਕਿਹੜੇ ਖਿਡਾਰੀ ਨੇ ਕਦੇ ਬੋਲਣਾ ਨਰਿੰਦਰਾ ਔਰ ਦਾਤੇ ਲੋਕਾਂ ਨੂੰ ਵੀ ਬਹਾਦਰ ਕਦੇ ਚੀਜ਼ ਕੀ ਹੈ ਔਰ ਵਾਕੇ ਵਾਕੇ ਕਹਿੰਦੇ ਬਹਾਦਰ ਗਰੀਆ ਖੇਡਦੇ ਆ ਐਨ ਕਹਿੰਦੇ ਇਹਨੂੰ ਵਾਲੀਬਾਲ ਦੀ ਤੋਪ ਕਹਿੰਦੇ ਆ ਫੋਰਸ ਜਦੋਂ ਲਾਉਂਦਾ ਨਾ ਬਾਲ ਤੇ ਜਦੋਂ ਟੱਪੇ ਪਾਉਂਦਾ ਹਾਓ ਫਿਰ ਦੁਨੀਆ ਗਹਿਗਦ ਨੇ ਤਾੜੀ ਮਾਰਦੀ ਹੈ ਮੁੰਡੇ ਦੀ ਖੇਡ ਤੇ ਬਹਾਦਰ ਗਰੀਆ ਰਵੀ ਹਾਓ ਕਹਿੰਦੇ ਸਵਾਦ ਵੱਜਦਾ ਮੇਰੇ ਵੀਰੋ ਮੇਦਰ ਜਾਂਦੂ ਵੱਡੇ ਮਾਨ ਕਰਦਾ ਕਹਿੰਦੇ ਜੀ ਰਸਾਲੀਆ ਖੜਾ ਜੇ ਤੇ 500 ਦੇ ਨਾਲ ਵੱਡੇ ਮਾਨ ਸਮਾਨ ਆਓ ਜਿਹੜੇ ਕਰਦਾ ਗਏ ਇੱਧਰ ਮੈਨੂੰ ਲੱਗਦਾ ਵੀ ਗਲਤੀ ਜਿਹੜੀ ਕਹਿੰਦੇ ਰਵੀ ਕਹਿੰਦੇ ਕਰ ਗਿਆ ਮੇਰੇ ਵੀਰੋ ਬਹਾਦਰ ਗੁਰੀਆ ਸਾਹਮਣੇ ਕਹਿੰਦੇ ਸਚਿਨ ਖੇਡ ਰਿਹਾ ਇਧਰਲੇ ਪਾਸੇ ਵਿਕਾਸ ਹੈ ਪਿਛਲੇ ਪਾਸੇ ਕਹਿੰਦੇ ਜੱਗਾ ਖੇਡ ਰਿਹਾ ਖੇਡਦੇ ਮੈਦਾਨ ਇੱਧਰ ਆਓ ਸਵਾਦ ਵਾਲੀਬਾਲ ਦਾ ਵੱਜਿਆ ਹੋਇਆ ਵੀ ਮੈਡੀਕਲ ਨਸ਼ਾ ਦਹੀਂ ਭਾਲੇ ਰਾਤ ਨੂੰ ਫੈਂਸੀ ਫੂਸੀ ਪਰ ਮਰਦ ਪੁੜੇ ਨੂੰ ਚੱਕਦਾ ਵੀ ਸੁਲਫਾ ਤੇ ਗਾਜਾ ਕਹਿੰਦੇ ਸਾਰਦੇ ਸਰੀਰ ਨੂੰ ਵੀ ਟੀਕੇ ਲਾ ਕੇ ਕਿੱਥੋਂ ਕੰਮ ਪਾਇਆ ਹੁੰਦੇ ਆ ਇੰਟਰਨਾ ਤੇ ਯਾਰ ਕਿੰਗਰੇ ਲਵਾਉਂਦੀ ਹੈ ਸ਼ੰਕਰ ਤੇ ਬਾਦਸ਼ਾਹੀ ਨਸ਼ਾ ਭਗਦਾ ਆ ਦਾਰੂ ਪੀ ਕੇ ਅੰਤਾਂ ਦੀ ਦਲੇਰੀ ਹੁੰਦੀ ਹੈ ਦਾਰੂ ਪੀ ਕੇ ਅੰਤਾਂ ਦੀ ਦਲੇਰੀ ਹੁੰਦੀ ਹੈ ਰਵੀ ਬਹਾਦਰ ਗੜੀਆ ਟਰਾਈ ਕਰਦਾ ਮੇਰੇ ਵੀਰੋ ਦਾਰੂ ਦੀ ਇਹਨਾਂ ਮੁੰਡਿਆਂ ਨੂੰ ਚਾਹ ਪੀ ਕੇ ਦਲੇਰੀ ਆਉਂਦੀ ਔਰ ਕਪਿਲ ਪੀਰ ਖੜੇ ਵਾਲਾ ਆਰ ਕਦੇ ਧੁੱਕੀ ਕੱਢੀ ਆਉਂਦੇ ਆ ਮੁੰਡੇ ਆਰ ਸਾਹਮਣੇ ਮੈਚ ਕਦੇ ਚੋਟੀ ਦੇ ਲੱਗੇ ਹੋਏ ਆ ਆਰ ਕਦੇ ਯੂਪੀ ਵਾਲੇ ਵੀ ਅੰਤਾ ਛਾਏ ਹੋਏ ਆ ਹਰ ਕਦੇ ਗਲਤੀ ਬਾਰੇਕਾਂ ਵਾਲਾ ਇੱਕ ਕਦੇ ਵੱਡੀ ਕਰ ਗਿਆ ਨਵੀਂ ਕਰਨੀ ਆ ਅੱਜ ਪੇਚਾ ਕਦੇ ਬਹਾਦਰ ਗੜਾਲੇ ਫੋਰਸ ਟਿੰਗ ਦੇ ਨਾਲ ਪੈ ਗਿਆ ਔਰ ਜੇ ਮੈਚ ਜਿੱਤਣਾ ਤੇ ਕਹਿੰਦੇ ਹੁਣ ਵਿਕਾਸ ਸੱਜੇ ਨੂੰ ਵੀ ਹੱਲ ਕੋਈ ਹੋਰ ਔਰ ਪੁੱਤਰਾ ਕਦੇ ਲੱਭਣਾ ਪੈਣਾ ਹੈ ਵੀ ਕਦੇ ਚੰਦ ਵਾਂਗੂ ਰਹਿੰਦੀ ਸੀ ਉਡੀਕ ਰਹੀ ਹੈ ਤੇ ਹੁਣ ਇਗਨੋਰ ਕਰ ਰਹੀ ਹੈ
ਮੈਨੂੰ ਲੱਗਦਾ ਪਲੈਂਟਰ ਉੱਤੇ ਲਾਈ ਗਈ ਆ। ਆਹ ਗੱਲਾਂ ਹੁਣ ਹੋਰ ਕਰਦੇ ਆ, ਹਰ ਕੋਲਵੀ ਦਾ ਚੱਕੇ ਜਾਣੇ ਮੋਰੀਏ ਆ। ਆਹ ਤਾਂ ਅੰਗਰੇਜ਼ ਹੋਈ ਜਾਂਦਾ ਹੈ, ਤੇਰੀ ਚੱਲਦੀ ਆ ਫਾਈਲ ਹੈ, ਆਹ ਪੀ ਆਰ ਦੀ ਹੈ, ਤੇਰੀ ਮਾਂ ਅੰਗਰੇਜ਼ ਹੋਈ ਜਾਂਦਾ ਹੈ, ਹਰ ਤੇਰੀ ਚੱਲਦੀ ਆ ਫਾਈਲ ਪੀ ਆਰ ਦੀ, ਯੂਪੀ ਸਾਨਾ ਹੋਈ ਜਾਂਦਾ ਹੈ। ਉਧਰ ਪੱਕਾਂਗੇ ਖੇਡੇ ਮੈਦਾਨ ਦੇ ਅੰਦਰ, ਆਹ ਭਾਦਰਗੜੀਆ ਭਾਦਰਗੜੀਆ, ਆਹ ਭਾਦਰਗੜੀਆ ਬੱਲੇ ਬੱਲੇ ਕਰਾਉਂਦਾ। ਉਧਰ ਸੋਚੀ ਭਾਵੇ, ਸੋਚੀ ਭਾਵੇ ਵੀ ਬੜੀ ਤਾਂ ਬੜੀ ਕੀ ਜਾਂਦਾ, ਬਾਰੇ ਕਾਲੇ ਨੂੰ ਸੋਚੀ ਭਾਵੇ ਆ, ਸੱਤੇ ਦੇ ਸੱਤੇ ਇਕੱਠੇ ਹੋ ਗਿਆ, ਸੋਚ ਵਿਚਾਰ ਚੱਲ ਰਹੀ ਹੈ ਵੀ ਇਹਦਾ ਹੱਲ ਕਰਨਾ ਪੈਣਾ। ਅੱਜ ਭਾਦਰਗੜੀਆ ਵਿਹਾ ਹੋਇਆ ਹਰੀਪੁਰੇ ਦੀ ਧਰਤੀ ਤੇ, ਵੀ ਅੱਜ ਭਾਦਰਗੜੀਆ ਵਿਹਾ ਹੋਇਆ, ਹੁਣ ਦੇਖਾਂਗੇ ਸਰਵਿਸ ਕਰਨ ਲਈ। ਭਾਦਰਗੜੀਆ ਮੇਰੇ ਵੀਰੋ ਤਿਆਰ, ਬਰ ਤਿਆਰ ਹੈ, ਸਾਹਮਣੇ ਮੁੰਡੇ ਬਾਰੇ ਕਾਲੇ, ਇੱਕ ਵੱਡੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇੱਥੋਂ ਕਹਿੰਦੇ ਕੋਸ਼ਿਸ਼ ਵੱਡੀ ਰਣਨੀਤੀ ਦੀ ਹੋ ਰਹੀ ਹੈ। ਔਰ ਪਰ ਕਹਿੰਦੇ ਬਹਾਦਰਗੜੀਆ ਵੱਡੀਆਂ ਵੱਡੀਆਂ ਰਣਨੀਤੀਆਂ ਕਦੇ ਫੈਲ ਕਰ ਦਿੰਦਾ ਹੈ, ਹਰ ਦੁਨੀਆ ਦਾ ਕਦੇ ਚੋਟੀ ਕਰ ਦਿੰਦਾ ਹੈ। ਇੱਕ ਨੰਬਰ ਗਰਾਊਂਡ ਦੇ ਸਕੋਰ ਦੱਸੋ ਜੀ, ਤੁਹਾਡੇ ਨੇ ਪੁਆਇੰਟ ਇੱਕ ਇੱਕ ਸਚਿਨ ਰਾਣਾ ਕਹਿੰਦੇ ਸਹਾਰਨਪੁਰ ਵਾਲਾ, ਆਹ ਕਹਿੰਦੇ ਯੂਪੀ ਦੇ ਵਿੱਚ ਆਹ ਮੁੰਡੀ ਦੀ ਆਪਾਂ ਕਹਿੰਦੀ ਹੋਈ ਆ। ਇੱਕ ਵੱਡੀ ਕਦੇ ਚਰਚਾ, ਵੱਡੇ ਕਦੇ ਕੱਪਾਂ ਦਾ ਕਦੇ ਜੁੱਤ ਫੜਾ ਰਿਹਾ, ਔਰ ਮੈਨੂੰ ਲੱਗਦਾ ਇੱਧਰ ਦੋ ਹੋ ਗਏ ਆ ਮੇਰੇ ਖਾਰੀਏ ਦੀ ਟੀਮ ਨੇ, ਜਾਂ ਚੇਂਜ ਹੋਈ ਹੈ, ਚੇਂਜ ਹੋਈ ਹੈ। ਪਰ ਸਾਹਮਣੇ ਗਲਤੀ ਹੈ, ਆਹ ਮੇਰੇ ਮਿੱਤਰ ਯੂਪੀ ਵਾਲਾ ਇੱਕ ਕਹਿ ਦੀਏ ਵੱਡੀ ਕਦੇ ਕਰ ਗਿਆ। ਇਸ ਤੋਂ ਬਾਅਦ ਜਿਹੜੀ ਆਪਾਂ ਸੈਮੀ ਫਾਈਨਲ ਦੀਆਂ ਆਹ ਕਦੇ ਟਾਈਆਂ ਕੱਢਾਂਗੇ ਤੇ ਫਿਰ ਦੋ ਸੈਮੀ, ਹਰ ਇੱਕ ਕਦੇ ਫਾਈਨਲ ਖੇਡਿਆ ਜਾਣਾ, ਹਰ ਪਤਾ ਲੱਗਣਾ ਵੀ ਕਿੰਨਾ ਕਿੰਨਾ ਦੇ ਚਾਰ ਵਜੇ ਉੱਠ ਗਏ, ਪੂਰੀਆਂ ਮੱਝਾਂ ਦਾ ਕਦੇ ਦੁੱਧ ਪੀਤਾ, ਹਰ ਕਿੰਨਾ ਕਿੰਨਾ ਦੇ ਧੜੱਪ ਧੜੱਪ ਕਰਦੇ ਆ, ਹਰ ਦੁੱਧੀਆਂ ਦੇ ਕਦੇ ਡਰੰਮ ਭਰੇ ਆ, ਹਰ ਪਤਾ ਲੱਗਣਾ ਖਾਧੀਆਂ ਖੁਰਾਕਾਂ, ਹਰ ਕੀਤੀਆਂ ਮਿਹਨਤਾਂ ਦਾ ਵੀ ਕਾਹਦਾ ਮਾਣ ਸ਼ਰੀਰਾਂ ਉੱਤੇ, ਹਰ ਕਿਹੜੇ ਕੰਮ ਦਲੇਰੀ ਆ ਤੇ ਕਿੱਦਾਂ ਬੰਦਾ ਹੋ ਜਾਂਦਾ ਆ, ਇੱਕ ਨਿੱਕੀ ਜੀ ਢੇਰੀ ਆ ਤੇ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ, ਆਹ ਖੁਸ਼ੀਆਂ ਉੱਡ ਪੁੱਡ ਗਈਆਂ ਤੇ ਛਾਤੀ ਅੱਗੇ ਕਰ ਬੈਠਾ ਹਾਂ, ਦੇਖ ਫੀਚਰ ਦੀ ਢੇਰੀ ਆ ਤੇ ਕਿੱਧਰੋਂ ਆਉਂਦੇ ਇੱਟਾਂ ਰੋੜੇ, ਵੀ ਕੀ ਅੰਦਾਜ਼ਾ ਤੈਨੂੰ, ਇਹ ਅਹਿਸਾਸ ਤਾਂ ਉਹੀ ਹੋ ਜਾਣੇ ਆ, ਔਰ ਜਿਸ ਦੇ ਘਰ ਵਿੱਚ ਡੇਰੀ ਆ ਇਹ ਅਹਿਸਾਸ ਤਾਂ ਉਹੀ ਹੋ ਜਾਣੇ, ਔਰ ਜਿਸ ਦੇ ਘਰ ਵਿੱਚ ਡੇਰੀ ਆ ਇਹ ਵੀ ਬਹਾਦਰ ਕਰਾ ਲਿਆ, ਉਹਨਾਂ ਨੂੰ ਹਲਕੇ ਚ ਨਾ ਲੈ ਰਹੀ ਹੈ, ਆਹ ਮੁੰਡੇ ਵੀ ਆ ਕਹਿੰਦੇ ਆ, ਪਰ ਸਾਹਮਣੇ ਯੂਪੀ ਵਾਲੇ ਅੱਜ ਆਹ ਭਾਬਾਲੇ ਨੂੰ ਹਰਾ ਕੇ ਹੌਸਲੇ ਦੇ ਵਿੱਚ ਬਾਹਰੇ ਆਏ ਹੋਏ ਆ, ਸਾਹਮਣੇ ਬਾਲ ਲੱਗਦਾ ਹੈ ਸਾਹਮਣੇ ਸਜੇ ਫੈਸਲੇ ਜਿਹੜੇ ਹੋਣਗੇ, ਬਾਲ ਜਿਹੜੀ ਆਊਟ ਹੋ ਚੁੱਕੀ ਹੈ ਖੇਡ ਦੇ ਮੈਦਾਨ ਦੇ ਅੰਦਰ, ਉਧਰੋਂ ਬਾਰੇ ਕਾਲੇ ਮੁੰਡੇ ਸਰਵਿਸ ਜਿਹੜੀ ਕਰਨ ਦੇ ਲਈ ਤਿਆਰ ਹੈ।
ਸਚਿਨ ਸੈਂਟਰ ਦੇ ਵਿੱਚ ਇੱਧਰ ਹੋ ਗਈ ਹੈ ਭਾਦਰ ਗੜੀਆ ਮਹਿੰਗੇ ਬੱਲੇ ਟੱਕਰ ਹੋ ਬੱਲੇ 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 ਘਰਾੜੇ ਚ ਉੱਧਰ ਹੋ ਖੇਡਦੇ ਮੈਦਾਨ ਇੱਧਰ ਪਰ ਮੈਚ ਤਿੰਨੇ ਤਿੰਨੇ ਗਰਾਊਂਡਾਂ ਦੇ ਵਿੱਚ ਕਿਆ ਦੁੱਧ ਵੀ ਲੱਗੇ ਹੋਏ ਆ ਹਾਰ ਤਨੇ ਤਰਨੀ ਨੇ ਕਮਾਲ ਜਿਹੜੀ ਕਰ ਦਿੱਤੀ ਹੈ ਹਾਰ ਲੰਬਾ ਸਮਾਂ ਹੋ ਗਿਆ ਇਹਨਾਂ ਗਰਾਊਂਡਾਂ ਦਾ ਕਹਿੰਦੇ ਸ਼ਿੰਗਾਰ ਕਹਿੰਦੇ ਬਣਿਆ ਹੋਇਆ ਆਹ ਨਵਿਆਂ ਮੁੰਡਿਆਂ ਨੂੰ ਇੱਕ ਆਪਾਂ ਕਹਿੰਦੀ ਰੋਲ ਮਾਡਲ ਹੀ ਹੈ ਆਹ ਨਵੇਂ ਮੁੰਡਿਆਂ ਨੂੰ ਬਹੁਤ ਕੁਝ ਕਦੇ ਤਾਂ ਪਿੱਜ ਦੱਸਦਾ ਉਸਤਾਦਾਂ ਵਰਗਾ ਕਦੇ ਖਿਲਾੜੀ ਹੈ ਜਿਹੜੇ ਹੁਣ ਕਦੇ ਪੁਆਇੰਟ ਹਰ ਆਪਣੀ ਟੀਮ ਦੇ ਲਈ ਜ਼ੋਰ ਕਦੇ ਦਿੱਤਾ ਹੈ ਸਾਹਮਣੇ ਫਰਕ ਤੱਕ ਰਿਹਾ ਹਰ ਕਦੇ ਖਿਲਾੜੀ ਨੇ ਮੇਰੇ ਮਿੱਤਰੋ ਕਦੇ ਪੱਲੇ ਵੱਲੋਂ ਕਦੇ ਪਰ ਕਦੇ ਸਾਗਰ ਆ ਜਿਹਨੇ ਕਦੇ ਹਰ ਧੱਫੜ ਕਦੇ ਤਾਂ ਦਿੱਤਾ ਹੈ ਹਰ ਸਾਗਰ ਇਹਦੀ ਬਹੁਤੀ ਨੇ ਸਾਰਿਆਂ ਨੂੰ ਚੱਕਰਾਂ ਚ ਪਾਇਆ ਹੋਇਆ ਇਹ ਸਾਗਰ ਦੀ ਬਹੁਤੀ ਰਹਿੰਦੀ ਹੈ ਇਹ ਡੇਗਾ ਚਲਾ ਪਰ ਇਹ ਕਹਿੰਦੇ ਸਮੈਸਾ ਮਾਰਦਾ ਵਾਹ ਸਾਗਰ ਸਾਹਮਣੇ ਮੈਨੂੰ ਲੱਗਦਾ ਕਮਾਲ ਜਿਹੜੀ ਹੋ ਗਈ ਹੈ ਆਹ ਰਵੀ ਕਦੇ ਕੋਸ਼ਿਸ਼ ਹੈ ਆਹ ਮੇਰੇ ਮਿੱਤਰੋ ਕਦੇ ਕਰਦਾ ਆਹ ਐਵੇਂ ਦਾ ਮਾਣ ਬਹੁਤਾ ਦੋਲਤਾਂ ਦਾ ਕਰੀਏ ਤੇ ਬੋਲੀਏ ਨਾ ਬੋਲ ਬੰਦਾ ਆਹ ਰੱਬ ਕੋਲੋਂ ਡਰੀਏ ਤੇ ਮੂੰਹ ਮੁੱਕੜੀ ਗੱਲ ਹੈ ਨਾ ਮੂੰਹ ਵਿੱਚ ਪੈਂਦੀ ਹੈ ਆਹ ਜਦੋਂ ਬੰਦਾ ਪੈਰ ਛੱਡ ਜਾਵੇ ਵੀ ਗੁੱਡੀ ਚੜੀ ਅਸਮਾਨੋਂ ਡਿੱਗ ਪੈਂਦੀ ਹੈ ਆਹ ਜਦੋਂ ਬੰਦਾ ਪੈਰ ਛੱਡ ਜਾਵੇ ਆਹ ਗੁੱਡੀ ਚੜੀ ਅਸਮਾਨੋਂ ਆਹ ਡਿੱਗ ਪੈਂਦੀ ਹੈ ਮੇਰੇ ਵੀਰੋ ਤੇ ਸਾਹਮਣੇ ਧੱਕਾ ਨੇ ਹੋ ਰਵੀ ਹੋ ਗਈ ਰਵੀ ਭਾਦਰ ਗੜੀਆ ਭਾਦਰ ਗੜੀਆ ਚੱਲ ਪਿਆ ਵਾਪਸੀ ਕਰਾਉਣਾ ਆਪਦੇ ਪੱਲੇ ਮੋਢਾ ਤੇ ਦਮ ਰੱਖ ਰਿਹਾ ਵਾਪਸੀ ਕਰਾਉਣਾ ਹੇਠ ਕਿਹੜੇ ਸਵਾਲ ਆਓ ਜਿਹੜਾ ਪਾਦੀ ਵਾਲ ਦਾ ਬੱਚਿਆ ਮੇਰੇ ਵੀਰੋ ਪਰ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਗਲਤੀ ਕਰਨ ਨੂੰ ਕੋਈ ਨਹੀਂ ਤਿਆਰ ਸਾਰੀ ਦੀ ਸਾਰੀ ਗੇਰ ਗੱਲ ਬਾਤ ਇਹਨਾਂ ਮੁੰਡਿਆਂ ਦੇ ਉੱਤੇ ਖੜੀ ਹੈ ਜਿਹੜਾ ਸੈਂਟਰ ਤੇ ਖੜਾ ਸਚਿਨ ਉਹ ਵੀ ਕਲਾ ਟਕਾਲੇ ਆਉਂਦਾ ਹੋ ਬੱਲੇ ਗਲਤੀ ਗਲਤੀ ਕਰ ਗਿਆ ਮੁੰਡਾ ਕਹਿੰਦੇ ਰਵੀ ਭਾਦਰ ਗੜੀਆ ਗਲਤੀ ਖੇਡ ਦੇ ਮੈਦਾਨ ਦੇ ਅੰਦਰ ਹੋ ਚੁੱਕੀ ਹੈ ਪਰ ਇੱਕ ਨੰਬਰ ਗਰਾਊਂਡ ਦੇ ਅੰਦਰ ਵੀ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਬਹੁਤ ਆਣਾ ਲੱਗਿਆ ਰਸਾਲੀਆ ਖੇਡਾ ਬਹੁਤ ਤਕੜਾ ਮੈਚ ਚੱਲ ਰਿਹਾ ਉਹਨੂੰ ਵੀ ਬਹੁਤ ਟਾਈਮ ਹੋ ਗਿਆ ਮੁੰਡੇ ਜੋਗੀ ਵਾਲੇ ਵੀ ਬੱਲੇ ਬੱਲੇ ਖੜਾ ਰਹੇ ਆ ਕੋਚ ਸਕੋਰ ਜੀ ਨੇ ਬਰਾਬਰ ਬਾਰਾਂ 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 ਤੇਰਾਂ ਬਾਰਾਂ ਤੇਰਾਂ ਉਧਰ ਵੀ ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਤਿੰਨ ਨੰਬਰ ਗਰਾਊਂਡ ਦੇ ਵਿੱਚ ਪਰ ਦੁਨੀਆ ਦੀ ਨਜ਼ਰ ਜਿਹੜੀ ਬਣੀ ਹੋਈ ਹੈ ਉਹ ਆਪਾਂ ਕਹਿ ਸਕਦੇ ਹਾਂ ਦੋ ਨੰਬਰ ਹਰ ਗਰਾਊਂਡ ਬਣੀ ਹੋਈ ਹੈ ਮੇਰੇ ਵੀਰੋ ਭਾਦਰ ਗੜੀਆ ਵੀ ਸਵਾਦ ਲੱਗਦਾ ਖਾਸ ਸਵਾਦ ਹੈ ਬਾਲੀਬਾਲ ਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਕੋਸ਼ਿਸ਼ ਤੇ ਕੀਤੀ ਹੈ ਪਰ ਲੱਭਣ ਲਈ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਧੱਕਣਾ ਸੱਜਣਾ ਉਹ ਹੋਰ ਹੀ ਅੱਖਾਂ ਨੇ ਵੀ ਜਿਨ੍ਹਾਂ ਨੂੰ ਤੂੰ ਧੱਕਣਾ ਸੱਜਣਾ ਉਹ ਹੋਰ ਹੀ ਅੱਖਾਂ ਨੇ ਰਵੀ ਤਿਆਰੀ ਫੜਨਾ ਸਚਿਨ ਰਵੀ ਤਿਆਰੀ ਫੜੀ ਬੈਠਾ ਤਿਆਰੀ ਫੜਨੀ ਪੈ ਰਹੀ ਹੈ ਇੱਕ ਦੋ ਪਹਿਲਾਂ ਉਹ ਲਾਉਣੀਆਂ ਪੈਣਗੀਆਂ
ਫਿਰ ਕੱਲ ਬਣਦੀ ਫਿਰ ਦੇ ਗਰਾਊਂਡ ਦੇ ਅੰਦਰ ਦੇਖਦੇ ਹਾਂ ਨੰਬਰ ਜੁੜਦਾ ਜਾਂ ਫਿਰ ਸਰਵਿਸ ਜਿਹੜੀ ਚੇਂਜ ਹੁੰਦੀ ਹੈ। ਇਹ ਤਾਂ ਗੱਲਾਂ ਬਾਤਾਂ ਹੋਣ ਗਿਆ ਮੈਂ ਹੈਪੀ ਚੱਕ ਮੈਕ ਤੇ ਕਰ ਮੁੰਡਿਆਂ ਦੀ ਗੱਲਬਾਤ ਹੈ ਸਾਹਮਣੇ ਕਦੇ ਸੱਜਣਾ ਮੁੰਡਿਆਂ ਨੇ ਕਦੇ ਸੁੱਟ ਲਿਆ ਫਿਰ ਮੈਂ ਤਾਂ ਮੇਰੇ ਮਿੱਤਰ ਤਿੰਨ ਨੰਬਰ ਗਰਾਊਂਡ ਦੇ ਵਿੱਚ ਵੀ ਬਹੁਤ ਚੋਟੀ ਦਾ ਲੱਗਿਆ ਹੋਇਆ ਇੱਕ ਪਾਸੇ ਕਹਿੰਦੇ ਰਸਾਲੀ ਗੁਰੂ ਦੀ ਟੀਮ ਹੈ ਔਰ ਦੂਸਰੇ ਪਾਸੇ ਕਹਿੰਦੇ ਜੋਗੀ ਵਾਲੇ ਮੁੰਡੇ ਆ ਕਿਤੇ ਕਮਾਲ ਹੀ ਕਰੀ ਆਉਂਦੇ ਆ ਲੈ ਵੀ ਡੀਸੀ ਆ ਹੋ ਤਗੜਾ ਸੁਣਾ ਔਰ ਕਦੇ ਹੱਲ ਕੋਈ ਹੋ ਰਹੀ ਹੈ ਆਹ ਲੱਭਣਾ ਕਦੇ ਪੈਣਾ ਔਰ ਸੱਜਰੇ ਸ਼ਰੀਰ ਕਦੇ ਬੜੇ ਹੋਇਆ ਕੀ ਬੱਲੀਓ ਬਣਾਂਗੇ ਝਾਂਜਰ ਤੇਰੀ ਹੈ ਔਰ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਪੜ ਜਾਣਾ ਜਾਂ ਅੱਖ ਤੇਰੀ ਦਾ ਸੁਣਨਾ ਔਰ ਨਹੀਂ ਤਾਂ ਪੱਕੇ ਬਣ ਜਾਵਾਂਗੇ ਆਹ ਗਾਡੀ ਤੇਰੀ ਦੇ ਮੜ ਕੇ ਤੇ ਅੱਜ ਤੈਨੂੰ ਟੱਕਰਾਂਗੇ ਟੱਕਰਾਂਗੇ ਸੱਜਰੇ ਸ਼ਰੀਕ ਬਣ ਕੇ ਵਾਕੇ ਐਨ ਕਹਿੰਦੇ ਉੱਧਰ ਸੱਜਰੇ ਸ਼ਰੀਕ ਬਣੇ ਖੜੇ ਆ ਨਾਲ ਕਹਿੰਦੇ ਡੀਸੀ ਸਾਰਨ ਖੇਡ ਰਿਹਾ ਮੇਰੇ ਵੀਰੋ ਖੇਡਦੇ ਮੈਦਾਨ ਅੰਦਰ ਗੋਦੀ ਕਾਵਲਾ ਵਿਸ਼ੇਸ਼ ਤੌਰ ਤੇ ਸੱਦਾ ਹੋਇਆ ਅੱਜ ਅਨਵੇਤਣ ਖੇਡਿਆ ਰਸਾਲੀ ਦਾ ਪੁੱਤ ਬਣ ਕੇ ਹਰ ਇੱਕ ਬੰਦਾ ਹੀ ਆਉਂਦੇ ਗੱਲਾਂ ਟਿਕਾਣੇ ਬਾਜੀ 13-12 ਚੇਂਜ ਹੋ ਗਈ ਇਹਨਾਂ ਦੀ ਇੱਧਰ ਜਾਂ 14 ਹੋ ਗਏ ਚੇਂਜ ਹੋਈ ਹੈ 13 ਨੰਬਰ ਨੇ ਰਸਾਲੀਏ ਖੇਡਿਆ ਵਾਲੇ ਮੁੰਡਿਆਂ ਦੇ ਔਰ 12 ਨੰਬਰ ਨੇ ਜੋਗੀ ਵਾਲ ਦੀ ਟੀਮ ਦੇ ਜਿਹੜਾ ਮੈਚ ਕਹਿੰਦੇ 3 ਨੰਬਰ ਔਰ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਔਰ ਨਵਾਬ ਭਾਈ ਇੱਧਰ ਕਿੰਨੇ ਹੋ ਗਏ ਜੀ 7-8 ਸੱਤ ਕਿਹੜੀ ਟੀਮ ਦੇ ਵੀਰੇ 7 ਨੰਬਰ ਨੇ ਤਾਰੇ ਕਾਲੇ ਮੁੰਡਿਆਂ ਦੇ 8 ਨੰਬਰ ਨੇ ਚਲਦੇ ਮੈਚ ਵਿੱਚ ਕਹਿੰਦੇ ਸਹਾਰਨਪੁਰ ਦੀ ਟੀਮ ਦੇ ਲੱਗਦਾ ਵੀ ਨੰਬਰ ਬਰਾਬਰ ਹੋ ਗਏ 8-8 ਨੰਬਰ ਹੋ ਗਏ ਹੈਪੀ ਔਰ ਇੱਕ ਤਾਰੀ ਦਾ ਮਾਰ ਬਰਾਬਰੀ ਚ ਆਓ ਮੈਚ ਕਦੇ ਖੇਡਿਆ ਜਾ ਰਿਹਾ ਸਾਹਮਣੇ ਕਦੇ ਤਾਰੇਗਾ ਬਾਰੇ ਕੋਸ਼ਿਸ਼ ਹੈ ਆਓ ਕਦੇ ਕਰ ਰਹੇ ਹੈ ਵੀ ਬੇਹਿਮਤੇ ਦੇ ਜਿਹੜੇ ਬਹਿ ਗਏ ਆ ਆਓ ਸ਼ੁਕਰਾ ਕਰਨ ਪੱਤਰਾਂ ਦਾ ਤੇ ਉੱਡਣ ਵਾਲੇ ਉੱਡ ਪੈਂਦੇ ਆ ਵੀ ਸੀਨਾ ਪਾੜ ਕੇ ਪੱਥਰਾਂ ਦਾ ਤੇ ਮੰਜਲ ਦੇ ਮੱਥੇ ਤੇ ਆਹ ਤਕਤੀ ਲੱਗਦੀ ਉਹਨਾਂ ਦੀ ਜੋ ਘਰੋਂ ਬਣਾ ਕੇ ਚੱਲਦੇ ਆ ਵੀ ਨਕਸ਼ਾ ਆਪਣੇ ਸਫਰਾਂ ਦਾ ਆਹ ਮੰਜਲ ਦੇ ਮੱਥੇ ਤੇ ਆ ਤਕਤੀ ਲੱਗਦੀ ਉਹਨਾਂ ਦੀ ਲੈ ਵੀ ਬਲੈਰ ਅੱਜ ਤੇਰੇ ਪਿੰਡ ਦਾ ਮੇਲਾ ਤੇ ਬਲੈਰ ਵੀ ਕਹਿੰਦੀ ਵੀ ਆ ਕੌਡੀ ਦਾ ਚੋਟੀ ਦਾ ਖਿਡਾਰੀ ਕਦੇ ਬਣ ਗਿਆ ਔਰ ਗੱਲਾਂ ਕਦੇ ਲਾਉਂਦਾ ਟਿਕਾਣੇ ਔਰ ਸਾਹਮਣੇ ਇੱਧਰ 1 ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਕਦੇ ਬਹੁਤ ਚੋਟੀ ਦਾ ਲੱਗਿਆ ਹੋਇਆ ਇੱਕ ਪਾਸੇ ਖਾਰੀ ਵਾਲੇ ਮੁੰਡੇ ਆ ਔਰ ਦੂਸਰੇ ਪਾਸੇ ਕਦੇ ਅੱਜ ਵੀ ਢਾਕੇ ਦੇ ਕਦੇ ਗ੍ਰਾਹੀ ਹੈ ਮਰ ਜਾਣਾ ਪੰਜਾਬ ਆਪਣੇ ਗ੍ਰਾਹੀ ਕੋਲ ਹਾਲ ਪੁੱਛਾ ਪਿੰਡ ਦਾ ਔਰ ਸਾਹਮਣੇ ਨੰਬਰ 1 ਨੰਬਰ ਗਰਾਊਂਡ ਦੇ ਵਿੱਚ ਔਰ ਤੱਕ ਦੇ ਕਦੇ ਖਿਡਾਰੀ ਕਦੇ ਜੋੜਨਾ ਸੈਂਟਰ ਦੇ ਵਿੱਚ ਮੱਲੇ ਵਾਲੇ ਪਿੰਡ ਦਾ ਰਿੰਕੂ ਹੈ ਔਰ ਦੂਸਰੇ ਪਾਸੇ ਕਦੇ ਭਵਿਆ ਵਿਸ਼ਨੂ ਹੈ ਔਰ ਰਾਜਾ ਵਾਲੀ ਪਿੰਡ ਹੈ ਤੇ ਰਾਮਕੋਟ ਦਾ ਪੁੱਤ ਬਣ ਕੇ ਆਹ ਮੁੰਡਾ ਕਦੇ ਤਗੜਾ ਪ੍ਰਦਰਸ਼ਨ ਆਹ ਕਦੇ ਕਰੀ ਆਉਂਦਾ ਮੱਲੇ ਵਾਲੀ ਆ ਹੋ ਤਗੜਾ ਹੱਲ ਕੋਈ ਨਾ ਕੋਈ ਆਹ ਕਦੇ ਲੱਭਣਾ ਪੈਣਾ ਜੇ ਰਾਮਕੋਟ ਵਾਲੇ ਹੱਥ ਗਏ ਤੇ ਫੇਰ ਆ ਪਾਣੀ ਉਹਨਾਂ ਦੇ ਕੋਈ ਦੇਣਾ ਨੀਗਾ ਗੱਲ ਇਹ ਵੀ ਪੱਕੀ ਆ ਪਰ ਲੱਗਦਾ ਇੱਧਰ 9 ਹੋ ਗਏ ਰਾਮ ਇੱਧਰ ਦੱਸੋ ਸਕੋਰ 9 ਹੋ ਗਏ ਇੱਧਰ 9-8 ਨੌ ਤੇ 8 ਦੀ ਇੱਕ ਵੱਡੀ ਟੱਕਰ ਜਿਹੜੀ ਬਣੀ ਹੋਈ ਹੈ ਮੇਰੇ ਵੀਰੋ ਸਰਵਿਸ ਕਹਿੰਦੇ ਰਵੀ ਨੇ ਕਰਤੀ ਬਹਾਦਰ ਗੜੀ ਨੇ ਲੈ ਵੀ ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾਇਆ ਹੋ ਸ਼ੁਰੂ ਹਾਰ ਗਿਆ ਰਵੀ ਨੂੰ ਹਾਰ ਗਿਆ ਦਸ ਹੋ ਗਏ ਜੀ
ਖਬਰ ਪਾਸ ਤੇ ਅੱਖ ਦੀ ਟੱਕਰ ਜਿਹੜੀ ਬਣੀ ਹੋਈ ਹੈ, ਸਾਈਡਾਂ ਜਿਹੜੀਆਂ ਚੇਂਜ ਹੋਈਆਂ ਬੱਸ ਦੇ ਅੱਖ ਤੋਂ। ਇੱਧਰ ਮੁੰਡੇ ਤਿਆਰੀ ਫੜੀ ਖੜੇ ਆ ਫਾਰੇਕਾ ਵਾਲੇ। ਮੈਚ ਕਹਿੰਦੇ ਤਿੰਨੇ ਗਰਾਊਂਡਾਂ ਦੇ ਵਿੱਚ ਬਹੁਤ ਤਕੜੇ ਜਿਹੜੇ ਚੱਲ ਰਹੇ ਆ। ਜੋ ਦੋ ਗਰਾਊਂਡਾਂ ਦੇ ਫੈਸਲੇ ਜਿਹੜੇ ਆ ਜਾਣ ਉਸ ਤੋਂ ਬਾਅਦ ਆਪਾਂ ਟਾਈਆਂ ਪਾਵਾਂਗੇ, ਪਰ ਹਾਲੇ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਤਕੜੇ ਮੈਚ ਜਿਹੜੇ ਖੇਡੇ ਜਾ ਰਹੇ ਆ ਮੇਰੇ ਵੀਰੋ ਖੇਡ ਰਹੇ ਮੈਦਾਨ ਦੇ ਅੰਦਰ। ਹੋਰ ਟੱਕਾਂਗੇ ਬਾਲ ਜਿਹੜੀ ਆਊਟ ਹੈ, ਹੋਰ ਸਕਿੰਗ ਦੁਨੀਆ ਕਹਿੰਦੀ ਹੈ ਗਲਤੀ ਕਰ ਗਿਆ ਖੇਡਦੇ ਮੈਦਾਨ ਦੇ ਅੰਦਰ, ਗਲਤੀ ਜਿਹੜੀ ਹੋਈ ਹੈ ਸਰਵਿਸ ਆਊਟ ਕਰਨ ਦੇ ਲਈ। ਕਹਿੰਦੇ ਮੁੰਡਾ ਵਿਕਾਸ ਹੈ, ਕਹਿੰਦੇ ਬਾਰੇਕਾ ਵਾਲਾ ਸਾਹਮਣੇ ਤਿਆਰ ਹੈ, ਬਾਰੇਕਾ ਵਾਲੇ ਦੀ ਸਰਵਿਸ ਹੈ ਤੇ ਸਾਹਮਣੇ ਦੇਖਾਂਗੇ ਵੀ ਨੰਬਰ ਆਊਟ ਜੁੜਦਾ ਜਾਂ ਫਿਰ ਸਰਵਿਸ ਜਿਹੜੀ ਚੇਂਜ ਹੋ ਜਾਂਦੀ ਹੈ। ਇਹ ਫੈਸਲੇ ਆਹ ਫੈਸਲੇ ਜਿਹੜੇ ਸਮੇਂ ਨੇ ਕਰਦੇ ਆ ਵੀ ਨਾ ਵਕਤ ਰੋਕਿਆ ਰੁਕਦਾ ਹੈ ਨਾ ਜ਼ੋਰ ਚਲੇ ਤਕਦੀਰਾਂ ਤੇ, ਵੀ ਭੁੱਲੀਆਂ ਗੱਲਾਂ ਚੇਤੇ ਆਉਂਦੀਆਂ ਜਦ ਨਜ਼ਰ ਪਾਵੇ ਤਸਵੀਰਾਂ ਤੇ। ਇਹਨਾਂ ਮੈਚਾਂ ਦੀਆਂ ਵੀਡੀਓ ਕਲਿੱਪਾਂ ਦੇਖਦੇ ਆ ਜਾਂ ਕਿਸੇ ਘਟਨਾ ਦੀ ਆਹ ਫੋਟੋ ਦੇਖਦੇ ਆ ਫਿਰ ਕਿਤੇ ਯਾਦ ਆਉਂਦੀਆਂ ਜਾ ਕੇ ਕਲਿੱਪਾਂ ਵੀ ਹਾਂ ਆਪਾਂ ਗਲਤੀਆਂ ਕੀਤੀਆਂ ਨੇ, ਪਰ ਕਦੇ ਵਕਤ ਨਹੀਂ ਕਿਸੇ ਤੋਂ ਰੋਕਿਆ ਰੁਕਦਾ। ਹਾਂ ਕਦੇ ਯੂਪੀ ਵਾਲੇ ਸਰਵੀ ਜਿਹੜੀ ਫੇਰ ਦੁਬਾਰੇ ਤੋਂ ਕਦੇ ਚੇਂਜ ਜਿਹੜੀ ਕਰਵਾ ਗਏ ਆ ਮੈਚ, ਕਦੇ ਚੋਟੀ ਦਾ ਬੱਲੇ 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 ਆ ਬਾਹਰ ਸੱਜੇ ਨੇ ਕਦੇ ਕੋਸ਼ਿਸ਼ ਜਿਹੜੀ ਕੀਤੀ ਹੈ। ਬਾਈ ਯਾਰ ਜਿਹੜਾ ਖਿਡਾਰੀ ਆ ਬਾਰੇਕਾ ਦੀ ਟੀਮ ਦੇ ਵਿੱਚ ਸੈਂਟਰ ਦੇ ਵਿੱਚ ਖੇਡੀ ਜਾਂਦਾ ਹੈ ਜਾਂ ਮੁੰਡੇ ਦੇ ਵਿੱਚ ਕੋਈ ਦਮ ਲੱਗਿਆ ਤਾੜੀ ਦਾ ਮਾਰ ਰਿਹਾ ਚੋਪਰ ਲਈਅਰ ਹੈ ਆਟਾ ਕਦੇ ਇਕੱਲੇ ਬੰਦ ਮੈਨ ਕਦੇ ਆਰਮੀ ਬਣਿਆ ਹੋਇਆ ਹੈ। ਇੱਕ ਗੱਡੀ ਤੈਨੂੰ ਵੀ ਮਿਲੀ ਹੈ ਹਰ ਪਿਆਰ ਤੈਨੂੰ ਵੀ ਦੁਨੀਆ ਹਰ ਮਨਾਮੋਸੀ ਕਰਦੀ ਹੈ ਹਰ ਆਉਂਦੀ ਜਾਂਦੀ ਬਾਲ ਫੜ ਕੇ ਹਰ ਧੱਫੜ ਕੋਈ ਪਾ ਦੇ ਤੇ ਗੱਲ ਫੇਰ ਹਰ ਟਕਾਰੇ ਕਦੇ ਲੱਗ ਵਾਰੀ ਆ ਵੀ ਸਬਰ ਸਿਦਕ ਤੋਂ ਦੋਨੀ ਆ ਹਰ ਤੂੰ ਸ਼ੇਰ ਪੰਜਾਬ ਦੇ ਆ ਤੇ ਘਰ ਘਰ ਪਹੁੰਚੋ ਮਹਿਕ ਤੇਰੀ ਆ ਫੁੱਲ ਗੁਲਾਬ ਦੇ ਆ ਤੇ ਮਿੱਟੀ ਮੱਥੇ ਚੁੰਮ ਲਾਉਣ ਦੇ ਆ ਤੇਰੀਆਂ ਰਾਵਾਂ ਦੀ ਆ ਤੇ ਪੁੱਤ ਬਹਾਦਰ ਕੁੱਖ ਸਫਲ ਹੈ ਆ ਕਰ ਜਾਂਦੇ ਮਾਵਾਂ ਦੀ ਆ ਪੁੱਤ ਬਹਾਦਰ ਕੁੱਖ ਸਫਲ ਹੈ ਆ ਕਰ ਜਾਂਦੇ ਮਾਵਾਂ ਦੀ ਆ ਪਰ ਸਾਹਮਣੇ ਯੂਪੀ ਵਾਲੇ ਆ ਆ ਤਾਂ ਕਦੇ ਕਮਾਲ ਹੀ ਕਰੀ ਹੋਏ ਆ ਹਰ ਕਦੇ ਨੱਬੇ ਮੈਨੂੰ ਲੱਗਦਾ ਵੀ 11 ਕਰ ਗਿਆ 11 ਤੇ 8 ਆਹ ਸਾਹਮਣੇ ਹੁਣ 11 ਤੋਂ 12 ਕਿਤੇ ਜੋੜਨਾ ਇਹ ਗੱਲ ਕਹਿੰਦੇ ਦੇਖਣ ਜਿਹੜੀ ਯੋਗ ਹੋਣੀ ਹੈ। ਹਾਰ ਬਾਈ ਜੀ ਇੱਧਰ ਪੁਆਇੰਟ ਕਿੰਨੇ ਹੋ ਗਏ ਨੇ ਇੱਕ ਨੰਬਰ ਗਰਾਊਂਡ ਦੇ ਸਕੋਰ ਦੱਸੋ ਜੀ ਨੰਬਰ ਇੱਕ ਨੰਬਰ ਗਰਾਊਂਡ ਦੇ ਪੁਆਇੰਟ ਪਵਨ 7-1 ਕਿਹੜੀ ਟੀਮ ਦੇ ਸੀ 7 ਨੰਬਰ ਦੇ ਰਾਮਕੋਟ ਵਾਲੇ ਮੁੰਡਿਆਂ ਦੇ ਔਰ ਇੱਕ ਜਿਹੜਾ ਨੰਬਰ ਕਹਿੰਦੇ ਖਾਰੀਆ ਦੀ ਟੀਮ ਦਾ ਹੈ ਔਰ ਮੈਂ ਤਾਂ ਇੱਧਰ ਵੀ ਬਹੁਤ ਚੌਕੀ ਦਾ ਕਿਤੇ ਲੱਗਿਆ ਹੋਇਆ 7 ਨੰਬਰ ਦੇ ਰਾਮਕੋਟ ਵਾਲੇ ਮੁੰਡਿਆਂ ਦੇ ਹੈ ਔਰ ਦੋ ਕਦੇ ਸੱਤੇ ਵੀ ਹੁੰਦੇ ਆ ਰਾਮਕੋਟ ਦਾ ਸੁਰੇਸ਼ ਕਹਿੰਦੇ ਖੇਡਦਾ 3 ਨੰਬਰ ਗਰਾਊਂਡ ਦੇ ਵਿੱਚ ਔਰ ਸੁਰੇਸ਼ ਦਾ ਸੱਤਾ ਵੀਰ ਹੈ ਔਰ ਖੇਡੀ ਆਉਂਦਾ 1 ਨੰਬਰ ਵੱਖ ਵੱਖ ਔਰ ਟੀਮਾਂ ਦੇ ਵਿੱਚ ਕਦੇ ਪ੍ਰਦਰਸ਼ਨ ਕਦੇ ਕਰੀ ਆਉਂਦੇ ਆ ਵੀ ਕੁਝ ਕਰਨ ਤਰੀਫਾਂ ਔਰ ਕੁਝ ਰਹਿਣ ਸਰਦੇ ਆ ਤੇ ਡਰ ਲੱਗਦਾ ਲੋਕਾਂ ਦੇ ਵਿਵਹਾਰ ਤੋਂ ਤੇ ਹਰ ਚੀਜ਼ ਮੁੱਲ ਮਿਲ ਜਾਂਦੀ ਹੈ ਹਰ ਸੱਕੇ ਵੀਰ ਨਹੀਂ ਉਹ ਮਿਲਦੇ ਬਾਜ਼ਾਰ ਚੋਂ ਹਰ ਚੀਜ਼ ਮੁੱਲ ਮਿਲ ਜਾਂਦੀ ਹੈ ਉਹ ਸੱਕੇ ਵੀਰ ਨਹੀਂ ਉਹ ਮਿਲਦੇ ਬਾਜ਼ਾਰ ਚੋਂ ਵਾਕੇ ਗੱਲਾਂ ਹੁੰਦੀਆਂ ਸੱਕੇ ਵੀਰਾਂ ਦੀਆਂ ਐਨ ਕਹਿੰਦੇ ਉੱਪਰ ਪੱਕਾ ਗਏ 2 ਨੰਬਰ ਗਰਾਊਂਡ ਚ ਹੋ ਹੋ ਸਚਿਨ ਸਚਿਨ ਘਰਦਾ ਟਰਾਈ ਵਾਕੇ ਕਹਿੰਦੇ ਸਵਾਦ ਪੂਰਾ ਭੱਜਿਆ ਹੋਇਆ ਔਰ ਮਹਿੰਗੇ ਮੁੱਲ ਦੀ ਟੱਕਰ ਪਰ ਸਾਹਮਣੇ ਸਾਹਮਣੇ ਆਪਾਂ ਟੱਕਾਂਗੇ
ਭਾਦਰਗੜੀਆ ਦੇਇਆ ਹੋਇਆ ਅੱਜ ਭਾਦਰਗੜੀ ਆਈ ਤੇ ਆਇਆ ਹੋਇਆ ਮੇਰੇ ਵੀਰੋ ਪਰ ਸਾਹਮਣੇ ਕਹਿੰਦੇ ਸਚਿਨ ਇਹ ਵੀ ਬਹੁਤ ਤਕੜਾ ਖੇਡ ਰਿਹਾ ਮੁੰਡਾ ਬਾਰੇਕਾ ਦਾ ਪੁੱਤ ਬਣ ਕੇ ਖੇਡ ਰਿਹਾ ਅੱਜ ਪਰ ਬੱਲੇ ਬੱਲੇ ਆਹ ਘਰਾ ਰਿਹਾ ਖੇਡ ਦੇ ਮੈਦਾਨ ਦੇ ਅੰਦਰ ਉਧਰ ਦੇਖਾਂਗੇ ਸਰਵਿਸ ਉਹ ਭਾਦਰਗੜੀਆ ਰਵੀ ਕਰਦਾ ਹੈ ਦੇਖਾਂਗੇ ਪੁਆਇੰਟ ਤੁਰਨਾ ਜਾਂ ਫਿਰ ਤੁਰਨਾ ਇਹਦਾ ਫੈਸਲੇ ਆਹ ਫੈਸਲੇ ਜਿਹੜੇ ਹੋ ਗਿਆ ਗਲਤੀ ਨੈਟ ਮੈਟ ਕਰ ਗਿਆ ਸਰਵਿਸ ਜਿਹੜੀ ਚੇਂਜ ਹੋ ਚੁੱਕੀ ਹੈ ਮੁੰਡੇ ਬਾਰੇਕਾ ਨੇ ਆਹ ਪੁਆਇੰਟ ਜੋੜਨ ਦੇ ਲਈ ਕਹਿੰਦੇ ਕੋਸ਼ਿਸ਼ਾਂ ਜਿਹੜੀਆਂ ਬੰਦੀਆਂ ਹੋ ਰਹੀਆਂ ਨਰਿੰਦਰ ਉਧਰ ਤਿੰਨ ਨੰਬਰ ਗਰਾਊਂਡ ਦੇ ਪੁਆਇੰਟ ਪੁੱਛੀ ਭਲਾ ਕਿੰਨੇ ਹੋ ਗਿਆ ਸਕੋਰ ਮੈਂ ਲਿਖ ਨੀ ਸਕਦਾ ਇਹਦੇ ਵਿੱਚ ਵੀਰੇ ਚੱਲਦੇ ਲਾਈਵ ਦੇ ਵਿੱਚ ਕੱਟ ਕੇ ਲਿਖ ਸਕਦਾ ਅਗਰ ਕਹਿੰਦੇ ਰਸਾਲੀਏ ਖੇਡ ਵਾਲੇ ਮੁੰਡਿਆਂ ਦੇ 15 ਪੁਆਇੰਟ ਹੋ ਗਏ ਆ ਔਰ ਬਾਕੀ ਵੀਰੇ ਲਾਈਵ ਨਵੀਂ ਆ ਮੈਨੂੰ ਵੀ ਜਿੰਨਾ ਪਤਾ ਜੀ ਮੈਂ ਤੁਹਾਨੂੰ ਦੱਸਦਾ ਮੈਨੂੰ ਵੀ ਉਧਰ ਵੀ ਬਹੁਤ ਚੋਟੀ ਦਾ ਲੱਗਿਆ ਹੋਇਆ ਹੈ ਪਰ ਸਾਹਮਣੇ ਕਦੇ ਕੰਮੇ ਭਾਵੇਂ ਟਿਕਟ ਕੇ ਕਹਿ ਲਈਏ 2 ਨੰਬਰ ਔਰ ਗਰਾਊਂਡ ਤੇ ਕਦੇ ਲੱਗੀ ਹੋਈ ਆ ਔਰ ਮੁੰਡੇ ਕਦੇ ਸਰਕਾਰੀ ਵਾਲੇ ਵੀ ਆ ਅੱਜ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਆ ਥੋੜਾ ਸਮਾਂ ਪਹਿਲਾਂ ਭਰਾਵਾਂ ਨੇ ਇੱਕ ਕਹਿੰਦੇ ਵਾਲੀਬਾਲ ਦਾ ਜਿਹੜਾ ਬੁੱਟਾ ਲਾਇਆ ਸੀਗਾ ਔਰ ਕਦੇ ਪਰਮਾਤਮਾ ਅੱਗੇ ਦੁਆਵਾਂ ਦੇ ਅਗਲੇ ਸਾਲ ਗੱਲਾਂ ਟਿਕਾਣੇ ਕਦੇ ਲੱਗ ਜਾਣੇ ਆ ਔਰ ਸਾਹਮਣੇ ਮੈਂ ਤਾਂ ਇੱਧਰ ਵੀ ਆਹ ਚੋਟੀ ਆ ਉਹ ਕਦੇ ਵਿਕਾਸ ਕੋਸ਼ਿਸ਼ ਕਰਦਾ ਹੈ ਔਰ ਸਾਹਮਣੇ ਗਲਤੀ ਵੱਡੀ ਕਰ ਗਿਆ ਹੈ ਔਰ ਮੈਨੂੰ ਲੱਗਦਾ ਵੀ ਇਹ 1 ਨੰਬਰ ਗਰਾਊਂਡ ਦੇ ਵਿੱਚ ਵੀ ਸਾਈਕਲ ਜਿਹੜੀਆਂ ਚੇਂਜ ਰਹੇ ਔਰ 9 ਨੰਬਰ ਨੇ ਰਾਮਕੋਟ ਦੀ ਟੀਮ ਦੇ ਹੈ ਤੇ 1 ਜਿਹੜਾ ਨੰਬਰ ਕਦੇ ਖਾਰੀਆ ਦੀ ਟੀਮ ਦਾ 9 ਤੇ 1 ਪੇਜ ਨੂੰ ਫੋਲੋ ਜ਼ਰੂਰ ਕਰ ਲਈ ਜਿਹੜਾ ਵੀ ਨਵਾਂ ਭਰਾ ਕੋਈ ਜੁੜਿਆ ਔਰ ਇਹ ਹੈ ਭਰਾਵਾਂ ਨੂੰ ਫੋਲੋ ਜ਼ਰੂਰ ਕਰੋ ਬਈ ਉਧਰ ਮੈਨੂੰ ਲੱਗਦਾ ਵੀ 13 ਹੋ ਗਏ ਨੇ ਨਵਾਬ 12 ਨੇ ਲੱਗੇ ਕਿ ਲਿਆਣ ਸਵਾਲ ਜਿਹੜਾ ਵਧਿਆ ਵਾਲੀਬਾਲ ਦਾ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਤਿੰਨੇ ਗਰਾਊਂਡਾਂ ਦੇ ਵਿੱਚ ਬਹੁਤ ਬਹੁਤ ਕਿਵੇਂ ਲੱਗਾ ਕੰਮ ਨੇ ਟੁਰਨਾ ਕਰਾਉਂਦਾ ਬੱਲੇ ਬੱਲੇ ਮੁੰਡਾ ਇਹ ਕਰਾਉਂਦਾ ਬੱਲੇ ਬੱਲੇ ਕਹਿੰਦੇ ਖੇਡਦੇ ਮੈਦਾਨ ਦੇ ਅੰਦਰ ਉਧਰ ਪੁਆਇੰਟ ਜੋੜ ਦਿੱਤਾ ਮੁੰਡੇ ਨੇ ਸਰਵਿਸ ਜਿਹੜੀ ਚੇਂਜ ਹੈ ਪਰ ਤਿੰਨੇ ਗਰਾਊਂਡਾਂ ਦੇ ਵਿੱਚ ਮੈਚ ਬਹੁਤ ਤਕੜੇ ਖੇਡੇ ਜਾ ਰਿਹਾ ਹੈ ਪਰ ਦੁਨੀਆ ਦੀ ਨਜ਼ਰ ਹਾਂ 2 ਨੰਬਰ ਗਰਾਊਂਡ ਦੇ ਉੱਤੇ ਟਿਕੀ ਹੋਈ ਹੈ ਸਾਰਿਆਂ ਤੋਂ ਜ਼ਿਆਦਾ ਹੋਰ ਮੈਚ 2 ਨੰਬਰ ਗਰਾਊਂਡ ਦੇ ਵਿੱਚ ਦੇਖਿਆ ਜਾ ਰਿਹਾ ਮੇਰੇ ਵੀਰੋ ਆਊਟ ਜਿਹੜੀ ਬਾਲ ਹੈ ਜਿਹੜੀ ਆਊਟ ਹੋ ਚੁੱਕੀ ਹੈ ਮੈਨੂੰ ਲੱਗਦਾ ਵੀ ਹੁਣ ਨੰਬਰ ਜੋੜਿਆ ਗੁੰਡਿਆਂ ਨੇ ਐਂ ਕਹਿੰਦੇ 12 ਪੁਆਇੰਟ ਇੱਕ ਮੈਚ ਖਤਮ ਹੋ ਜਾਣ ਦੋ ਚਲੋ ਔਰ ਮੈਨੂੰ ਲੱਗਦਾ 10 ਹੋ ਗਏ ਜਾਂ 11 ਜੀ ਰਾਮਕੋਟ ਦੀ ਟੀਮ ਦੇ ਜਾਂ ਚੇਂਜ ਹੋ ਗਏ 10 ਹੋ ਗਏ ਨਾ ਜੀ ਉਧਰ ਕਹਿੰਦੇ 3 ਨੰਬਰ ਗਰਾਊਂਡ ਦੇ ਵਿੱਚ ਗਈ ਮੈਚ ਬਹੁਤ ਤਕੜਾ ਜਿਹੜਾ ਖੇਡਿਆ ਜਾ ਰਿਹਾ ਹੈ ਦੁਨੀਆ ਇਹ ਮੰਨਣ ਲੱਗ ਗਈ ਵੀ ਦੋਥੇ ਟੀਮਾਂ ਨੂੰ ਜੇਤੂ ਕਰਕੇ
ਘਰੇ ਭੇਜ ਦੋ ਆਪ ਆਪਣੇ, ਪਰ ਇਹ ਗੱਲ ਹੋ ਨਹੀਂ ਸਕਦੀ। ਦੁਨੀਆ ਮੰਨਦੀ ਇਸ ਗੱਲ ਨੂੰ, ਪਰ ਖਿਡਾਰੀ ਨਹੀਂ ਮੰਨਦੇ। ਕਿਤੇ ਵੀ ਜੋਰ ਅੱਜ ਪੂਰਾ ਲੱਗਣਾ ਖੇਡਦੇ ਮੈਦਾਨ ਦੇ ਅੰਦਰ। ਬਹੁਤ ਤਕੜਾ ਮੈਚ ਜਿਹੜਾ ਲੱਗਿਆ ਹੋਇਆ ਤਿੰਨ ਨੰਬਰ ਗਰਾਊਂਡ ਦੇ ਵਿੱਚ, ਨਜ਼ਰ ਦੁਨੀਆ ਦੀ ਉਹਦੇ ਵੀ ਬਣੀ ਹੋਈ ਹੈ। ਬਾਲੀਵਾਲ ਦਾ ਸਵਾਦ ਹਰੀਪੁਰੇ ਦੀ ਧਰਤੀ ਤੇ ਹੈ। ਦੁਨੀਆ ਦੀ ਇੱਕ ਮਿੰਟ ਨਜ਼ਰ ਇੱਧਰ ਉੱਧਰ ਨਾ ਕਰੋ, ਕਿਉਂਕਿ ਬਹਾਦਰਗੜੀਆ ਕੁਝ ਵੀ ਕਰ ਸਕਦਾ। ਬਹਾਦਰਗੜੀਆ ਬਹਾਦਰਗੜੀਆ ਅੱਜ ਆਈ ਤੇ ਆਇਆ ਹੋਇਆ, ਅੱਜ ਹਰੀਪੁਰੇ ਦੀ ਧਰਤੀ ਤੇ ਆਈ ਤੇ ਆਇਆ ਹੋਇਆ। ਬਹੁਤ ਤਕੜੀ ਬਾਲ ਮਾਰੀ ਹੈ ਬਹਾਦਰਗੜੀਆ ਰਵੀ ਨੇ, ਉੱਧਰ ਟੱਕਾਂਗੇ ਮਾਰੀਆ ਨਿਹਰੀ ਆ ਗਈ, ਪੱਲੇ 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 ਮਾਨਸੇ ਜ਼ਿਲ੍ਹੇ ਦੇ ਵਿੱਚ ਖੇਡਣ ਗਿਆ ਸੀਗਾ। ਔਰ ਠੀਕ ਹੈ ਜੀ, ਔਰ ਮਨਦੀਪ ਗੁਰਮੀਤ ਸਾਡਾ ਵੀਰ ਕਹਿੰਦੇ ਕਨੇਡਾ ਵਾਲਾ ਭਰਾ, ਜਿਹੜੇ ਭਰਾ ਵੱਲੋਂ ਕਦੇ ਤੁਹਾਡੇ ਪਿੰਡ ਦੇ ਆ ਕੌਡੀ ਖਿਡਾਰੀ ਬੁਲੈਰੋ ਦਾ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਜਾਣਾ ਹੈ। ਤਾੜੀ ਮਾਰੋ ਯਾਰ, ਭਰਾ ਦੇ ਲਈ ਇਸ ਇਲਾਕੇ ਦੀ ਸ਼ਾਨ ਹੈ, ਬੁਲੈਰੋ ਸਾਡਾ ਵੀਰ ਹੈ। ਆਹ ਮੁੰਡਾ ਕਹਿੰਦਾ ਵੀ ਮਾਨਸਿਕ ਖੇਡਣ ਗਿਆ ਸੀ ਤੇ ਹਲੇ ਘਰੇ ਵੀ ਨਹੀਂ ਗਿਆ, ਆਹ ਕਦੇ ਮੈਚਾਂ ਨੂੰ ਦੇਖੀ ਜਾਂਦਾ ਹੈ। ਆਹ ਭਰਾ ਦਾ ਬਹੁਤ ਵੱਡਾ ਧੰਨਵਾਦ ਕਦੇ ਕਰਦੇ ਹੈ, ਆਹ ਵੱਡਾ ਹੀ ਕਦਮ ਤੇ ਵੱਡਾ ਸਤਿਕਾਰ ਹੈ। ਔਰ ਇਸ ਇਲਾਕੇ ਦੇ ਵਿੱਚ ਮੁੰਡਾ ਕਹਿੰਦੀ ਵੀ ਤੂਫਾਨ ਬਣ ਕੇ ਕਦੇ ਉੱਠਿਆ, ਔਰ ਆਹ ਇਲਾਕੇ ਦੇ ਕਬੱਡੀ ਦੇ ਚੋਟੀ ਚੋਟੀ ਦੇ ਖਿਡਾਰੀਆਂ ਦੇ ਵੀ ਪੈਦਾ ਕੀਤੇ ਹੈ, ਭਾਵੇਂ ਸੰਤ ਨਗਰ ਵਾਲੇ ਗੋਪੀ ਦੀ ਗੱਲ ਹੋਵੇ, ਔਰ ਬੇਸ਼ੱਕ ਦੇ ਬੱਬੂ ਦੀ ਗੱਲ ਹੋਵੇ, ਔਰ ਕਦੇ ਬਲੈਰੇ ਨੂੰ ਅੱਜ ਕੱਲ੍ਹ ਕਹਿੰਦੀ ਵੀ ਦੁਨੀਆ ਜਾਣਦੀ ਹੈ। ਔਰ ਸਾਹਮਣੇ ਮੈਂ ਤੱਕਦਾ ਖੇਡਦੇ ਗਰਾਊਂਡ ਦੇ ਵਿੱਚ, ਔਰ ਨੰਬਰ ਕਦੇ ਖਿਡਾਰੀ ਦੇ ਕਦੇ ਜੋੜ ਕੇ ਹੁਣ, ਔਰ ਧੰਨ ਧੰਨ ਕਦੇ ਕਰੋੜੀਆਂ, ਇੱਕ ਪਾਸੇ ਕਦੇ ਫਾਜ਼ਿਲਕਾ, ਔਰ ਜਿਲ੍ਹੇ ਵਾਲੇ ਮੁੰਡੇ ਆ, ਔਰ ਜਿਹਨੇ ਕਦੇ ਗਲਤੀ ਕੀਤੀ ਹੈ ਇਹਦਾ ਮਾਨਸਾ ਜ਼ਿਲ੍ਹਾ, ਔਰ ਕਦੇ ਖੱਤਾ ਮਲੂਕਾ ਦੇ ਲਾਗੇ ਇਹਦਾ ਚੈਂਡੇ ਵਾਲਾ ਪਿੰਡ ਹੈ। ਵੀ ਅੰਮ੍ਰਿਤਸਰ ਹੈ ਗੁਰਾਂ ਦੀ ਧਰਤੀ ਹੈ, ਔਰ ਮੋਗੇ ਵਾਲੇ ਫੌਜ ਵਿੱਚ ਬਾਲੇ ਧਰਤੀ ਹੈ, ਤੇ ਲੋਹੇ ਨਾਲ ਮੱਥਾ ਔਰ ਮਾਰਦੇ ਮਲੋਟਦੇ ਹੈ, ਤੇ ਮਾਨਸੇ ਦੇ ਜੱਟ ਸੁਲਝਾਉਂਦੇ ਮਸਲਾ, ਵੀ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਹੈ, ਤੇ ਮੁਕਤਣਾ ਨੀ ਕਦੇ ਵੀ ਹੈ, ਔਰ ਬਠਿੰਡੇ ਅਸਲਾ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਹੈ, ਤੇ ਮੁਕਤਣਾ ਨੀ ਕਦੇ ਵੀ ਹੈ, ਔਰ ਬਠਿੰਡੇ ਅਸਲਾ ਬਰਾਜਿਕਾ ਦੇ ਵੀ ਸਰਸੇ ਜ਼ਿਲ੍ਹੇ ਦੀਆਂ, ਔਰ ਕਦੇ ਗੱਲਾਂ ਬਾਤਾਂ ਵੱਡੀਆਂ ਬਣੀਆਂ ਹੋਈਆਂ ਨੇ। ਸਭ ਤਾਂ ਮਹਾਂਪੁਰਸ਼ਾਂ ਦੀ ਧਰਤੀ ਆ, ਸੂਰਜ ਯੋਧਿਆਂ ਦੀ ਧਰਤੀ ਆ, ਔਰ ਕਦੇ ਪੀਰ ਪੈਗੰਬਰਾਂ ਦੀ ਵੱਡੀ ਕਦੇ ਕਿਰਪਾ, ਔਰ ਥੱਲੇ ਸਾਹਮਣੇ ਗਲਤੀ ਮੁੰਡਾ ਕਦੇ ਖਾਲੀਏ ਵਾਲਾ ਕਬੱਡੀ ਕਰ ਗਿਆ। ਵਿਕਾਸ ਮੋਡ ਲਊ ਹੁਣ, ਔਰ ਯਾਰ ਬਾਈ ਯਾਰ ਜਿਹੜੇ ਭਰਾ ਇੱਕ ਨੰਬਰ ਗਰਾਊਂਡ ਦਾ ਮੈਚ ਦੇਖੀ ਜਾਂਦੇ ਆ, ਜਿਹਨੇ ਯਾਰ ਬਾਈ ਨੇ ਬਾਲ ਅੰਡਰ ਹੈਂਡ ਬੋਲੀ ਨੈੱਟ ਕੱਢੀ, ਇੱਕ ਤਾਰੀ ਤਾਂ ਮਾਰੇ ਯਾਰ ਮੁੰਡੇ ਨੇ, ਕਦੇ ਕਮਾਲ ਹੀ ਕਰਦੀ ਆ, ਕਿੱਥੋਂ ਬਾਲ ਚੱਕ ਕੇ ਹਰ ਮੁੰਡੇ ਨੇ ਕਦੇ ਕਿੱਥੇ ਮੋੜਤੀ ਹੈ, ਇਹ ਮੁੰਡੇ ਕਦੇ ਰਾਮ ਕੋਟਾ ਲਿਆ, ਹਰ ਸਾਹਮਣੇ ਅੱਜ ਤਗੜਾ ਪ੍ਰਦਰਸ਼ਨ ਕਦੇ ਕਰੀ ਜਾਂਦੇ ਆ। ਕਿੰਨੇ ਪੁਆਇੰਟ ਹੋ ਗਏ ਪਵਨ ਬਾਈ ਇੱਧਰ, ਇੱਕ ਨੰਬਰ ਗਰਾਊਂਡ ਦੇ ਸਕੋਰ 11 ਤੇ 1 ਜੀ, ਦਸਾਦ ਨਹੀਂ ਆਇਆ ਵੀਰੇ, ਅੱਜ ਦਸਾਦ ਨਹੀਂ ਆਇਆ। ਉਧਰ ਕਹਿੰਦੇ 11 ਤੇ 1 ਨੂੰ ਟੱਕਰ ਹੈ, ਫਿਰ ਵੀ ਬਹੁਤ ਲੰਬਾ ਖੇਡ ਰਿਹਾ ਮੁੰਡੇ, ਐਨ ਕਹਿੰਦੇ ਖਾਰੀਏ ਵਾਲੇ ਪੁਆਇੰਟ ਜ਼ਰੂਰ ਇੱਕ ਹੈ,
ਪਰ ਮੈਚ ਬਹੁਤ ਲੰਬਾ ਜਿਹੜਾ ਖੇਡਿਆ ਜਾ ਰਿਹਾ ਹੈ। ਟੱਕਰ ਆਪਾਂ ਕਹਿ ਸਕਦੇ ਹਾਂ ਬਰਾਦਰੀ ਦੀ ਹੈ, ਖੇਡ ਰਹੇ ਮੁੰਡੇ ਵਾਪਸੀ ਕਰ ਸਕਦੇ, ਕੋਸ਼ਿਸ਼ਾਂ ਹੋਰ ਕੀਤੀਆਂ ਜਾ ਰਹੀਆਂ ਨੇ। ਸਾਹਮਣੇ ਆਪਾਂ ਤੱਕਾਂਗੇ, ਖੇਡਰ ਗਲਤੀ ਕਿੰਨੇ ਸਚਿਤ ਕਰ ਗਏ ਖੇਡ ਦੇ ਮੈਦਾਨ ਦੇ ਅੰਦਰ, ਤੇ ਸਰਵਿਸ ਕਿੰਨੇ ਸਹਾਨਪੁਰ ਵਾਲੇ ਪਾਸੇ ਹੋ ਰਹੀ ਹੈ। ਦੇਖਾਂਗੇ ਹੋਰ ਪੁਆਇੰਟ ਜੁੜਦਾ ਜਾਂ ਫਿਰ ਸਰਵਿਸ ਜਿਹੜੀ ਚੇਂਜ ਹੁੰਦੀ ਹੈ। ਭਾਦਰ ਗੜੀਆ ਰਵੀ ਕਹਿੰਦੇ ਅੱਜ ਫੁੱਲ ਫਿੱਟ ਜਾਪਦਾ ਹੈ, ਹੇਣ ਕਹਿੰਦੇ ਪੱਲੇ 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 ਵਾਲੇ ਸਾਰੇ ਦੁਹੇ ਦਸਾਈਆ ਰਵਿੰਦਰ ਕਹਿੰਦੇ ਬਣਾਓ ਸਹਾਰਨ ਸਾਡਾ ਵੀਰ, ਇੱਕ ਕਹਿੰਦੇ ਵੀ ਵੱਡਾ ਚਾਵ ਹੈ ਕਹਿੰਦੇ ਖੇਡ ਵਾਲੀਬਾਲ ਦਾ ਭਰਾ ਨੂੰ ਯਾਰ ਇਸ ਇਲਾਕੇ ਦੇ ਵਿੱਚ ਜਿੰਨੇ ਕੁ ਮੇਲੇ ਹੁੰਦੇ ਆ ਹਰ ਹਰ ਇੱਕ ਟੂਰਨਾਮੈਂਟ ਦੀ ਪਾਉਂਦਾ ਔਰ ਅੱਜ ਕਹਿੰਦੇ ਟੀਮ ਨਹੀਂ ਆਈ ਪਰ ਮੁੰਡਾ ਕਹਿੰਦੇ ਦਮਦਮੇ ਦੀ ਟੀਮ ਨੇ ਖੇਡਿਆ ਆਰ ਕਹਿੰਦੇ ਲਾਈਆਂ ਜਿਹੜੀਆਂ ਗੱਲਾਂ ਟਿਕਾਉਂਦੇ ਆ ਆਰ ਸਾਹਮਣੇ ਮੈਚ ਕਹਿੰਦੇ ਆ ਕੁਆਟਰ ਫਾਈਨਲ ਹੈ ਇਹ ਢਲਦੀਆਂ ਜਾ ਰਹੀਆਂ ਰਾਤਾਂ ਆਰ ਸੁਬਾ ਹੋਣ ਨੂੰ ਆਈਆਂ ਇਹ ਫਾਈਨਲ ਖੇਡਣ ਵਾਸਤੇ ਆਹ ਟੀਮਾਂ ਕਰੀ ਜਾਣ ਚੜਾਈਆਂ ਆਰ ਮੱਝਦਾ ਗਲਾ ਘੋਟ ਕੇ ਮਾਝੀ ਮਾਰਦੇ ਹਰਵਾਣੇ ਵਾਲਾ ਆਰ ਕਦੇ ਤੁਲੀ ਨੱਪੀ ਆਉਂਦਾ ਧੁੱਕੀ ਕੱਢੀ ਆਉਂਦਾ ਵਾਟੂ ਰਹਿਣ ਕਦੇ ਭਾਦਰ ਗੜੀਆ ਯੋਗੀ ਵਾਲ ਦੇ ਮੈਚ ਹੈਗਾ ਵੀਰੇ ਐਚ ਆਰ 24 ਜਿਹੜੀ ਵੱਡੀ ਗੱਲ ਹੈ ਸਭ ਤੋਂ ਜਿਹੜਾ ਮੈਚ ਇੱਧਰ ਤਿੰਨ ਨੰਬਰ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਉਹਨਾਂ ਦਾ ਵੀ ਬੱਬੂ ਵੀ ਹਾਲ ਚਾਲ ਪੁੱਛ ਲਓ ਉਹਨਾਂ ਦਾ ਮੈਨੂੰ ਲੱਗਦਾ ਵੀ 14-15 ਚੇਂਜ ਹੀ ਹੋਈ ਆਉਂਦੀ ਹਜੇ ਤੱਕ ਆਰ ਕਦੇ ਸੱਤਾ ਕਦੇ ਬਣਿਆ ਹੋਇਆ ਆਰ ਸਾਹਮਣੇ ਮੁੰਡੇ ਕਦੇ ਜ਼ੋਰ ਲਾਈਏ ਮੁੰਡੇ 15 ਸਕੋਰ ਬਣਾ ਗਿਆ ਸਹਾਰਨਪੁਰ ਵਾਲੇ ਅੰਦਰ ਕਦੇ ਸਕੋਰ ਜਿਹੜੇ 9 ਬਣੇ ਹੋਏ ਮੇਰੇ ਵੀਰੋ ਵਾਪਸੀ ਹੋ ਸਕਦੀ ਹੈ ਹਲੇ ਵੀ 19 ਪੁਆਇੰਟਾਂ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹਲੇ ਕੁਝ ਨਹੀਂ ਕਹਿ ਸਕਦੇ ਵੀ ਕਿਹੜੀ ਟੀਮ ਜਿੱਤੂਗੀ ਪਰ ਉਧਰ ਆਪਾਂ ਤੱਕਾਂਗੇ ਹੋਰ 3 ਨੰਬਰ ਗਰਾਊਂਡ ਦੇ ਵਿੱਚ ਵੀ ਬਈ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈਪੀ ਉਧਰ ਵੀ ਕੁੰਡੀਆਂ ਦੇ ਸਿੰਘ ਪੂਰੇ ਫਸੇ ਹੋਏ ਆ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿਹੜੀ ਟੀਮ ਇੱਥੋਂ ਸੈਮੀ ਖੇਡਣ ਦੇ ਲਈ ਤਿਆਰ ਹੋਊਗੀ ਹਲੇ ਫੈਸਲੇ ਆਪਾਂ ਨਹੀਂ ਕਰ ਸਕਦੇ ਉਧਰ ਵੀ 3 ਨੰਬਰ ਗਰਾਊਂਡ ਦੇ ਵਿੱਚ ਵੀ ਬਹੁਤ ਤਕੜੇ ਮੈਚ ਦੀ ਹੋਰ ਸ਼ੁਰੂਆਤ ਹੋ ਗਈ ਹੈ ਵੀ ਧਾਵੇ ਟੀਮਾਂ ਦੋਵੇਂ ਚੰਗੀਆਂ ਬਾਹਰ ਬੈਠੀ ਲੋਕੀ ਗੱਲਾਂ ਕਰਦੇ ਪਤਾ ਨਹੀਂ ਉਹ ਕਿਹੜੀ ਜਿੱਤ ਕੇ ਜਾਵੇ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਪਤਾ ਨਹੀਂ ਉਹ ਕਿਹੜੀ ਜਿੱਤ ਕੇ ਜਾਵੇ ਔਰ ਜਿੱਤ ਕੇ ਤੇ ਉਹਨਾਂ ਨੂੰ ਹੀ ਜਾਣਾ ਵੀ ਜਿਨ੍ਹਾਂ ਨੇ ਮਿਹਨਤਾਂ ਕਹਿੰਦੇ ਕੀਤੀਆਂ ਆਰ ਸਾਹਮਣੇ ਹੁਣ ਤੱਕ ਦੇ ਫਿਰ ਦੇ ਗਰਾਊਂਡ ਦੇ ਵਿੱਚ ਆਰ 3 ਨੰਬਰ ਗਰਾਊਂਡ ਦੇ ਵਿੱਚ ਕਿਹੜੇ ਪੱਲੇ ਪੱਲੇ ਕਦੇ ਕਰਾਉਂਦੀ ਆ ਉਹ ਮੁੰਡਾ ਕਦੇ ਜੋਗੀ ਵਾਲਾ ਆਰ ਸਾਹਮਣੇ ਕਦੇ ਕਮਾਲ ਕਦੇ ਕਰ ਗਿਆ ਹੈ ਆਰ ਜਿਹੜੀਆਂ ਗੱਲਾਂ ਬਾਤਾਂ ਇੱਧਰ ਟਿਕਾਣੇ ਕਦੇ ਲੱਗੀਆਂ ਹੋਈਆਂ ਨੇ ਆਰ ਲੱਗਦਾ ਵੀ ਨੰਬਰ ਲਾਸਟ ਆ ਗਿਆ ਬਾਈ ਜੀ ਬਾਈ ਯਾਰ ਉੱਧਰ ਲਾਸਟ ਨੰਬਰ ਆ ਗਿਆ ਠੀਕ ਹੈ ਬਾਈ
ਉਧਰ ਕਹਿੰਦੇ ਦੋ ਨੰਬਰ ਗਰਾਊਂਡ ਦੇ ਅੰਦਰ ਵੀ ਬਹੁਤ ਤਕੜਾ ਮੈਚ ਔਰ ਜਿਹੜਾ ਖੇਡਿਆ ਜਾ ਰਿਹਾ ਬੱਲੇ 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 ਕੋਸ਼ਿਸ਼ ਕੀਤੀ ਹੈ ਪਰ ਦੇਖਾਂਗੇ ਗਲਤੀ ਜਿਹੜੀ ਹੋ ਚੁੱਕੀ ਹੈ ਹੌਲੀ ਹੌਲੀ ਕਰਕੇ ਮੈਚ ਦੇ ਵਿੱਚ ਪਕੜ ਬੜਾ ਵਧਾ ਰਿਹਾ ਬਹਾਦਰ ਗੜੀਆ ਰਵੀ ਮੇਰੇ ਵੱਲੋਂ ਇਸ ਮੈਚ ਦੇ ਵਿੱਚ ਪਕੜ ਹੋ ਜਿਹੜੇ ਬਣਾਉਂਦੇ ਜਾ ਰਹੇ ਮੁੰਡੇ ਇੱਧਰ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਹਲੇ ਸਮਾਪਤੀ ਵੱਲ ਨਹੀਂ ਆਇਆ ਇਹ ਵੀ ਮੁੰਡੇ ਬਹੁਤ ਤਕੜੇ ਖੇਡ ਰਹੇ ਆ ਹਰੀਪੁਰੇ ਦੀ ਧਰਤੀ ਹੈ ਇਸ ਭਾਗਾਂ ਵਾਲੀ ਧਰਤੀ ਦੇ ਉੱਤੇ ਆਹ ਰੰਗ ਰੂਪੀ ਸਖਤਾਂ ਜਿੰਨੀਆਂ ਵੀ ਪੁੱਜੀਆਂ ਕੱਲੀ ਕੱਲੀ ਰੂਹ ਦੇ ਬਹੁਤ ਵੱਡੇ ਧੰਨਵਾਦੀਆਂ ਉਧਰ ਸਕੋਰ ਦੱਸੀ ਜੀ ਤਿੰਨ ਨੰਬਰ ਦਾ 15 ਨੰਬਰ ਨੇ ਜੋਗੀ ਵਾਲੇ ਜਿਹੜੇ ਭਲਵਾਨ ਵਾਲੇ ਆ ਤੇ ਪੰਜਾਬ ਵਾਲੇ ਘਰਾਂ ਨੂੰ ਲਾ ਕੇ ਜਿੰਦੇ ਆ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾਣ ਵਾਲੇ ਆ ਔਰ ਜੇ ਕਿਤੇ ਹੁਣ 16 ਨੰਬਰ ਔਰ ਕਦੇ ਪ੍ਰਾਪਤ ਹੋ ਗਏ ਤੇ ਫਿਰ ਕਹਿੰਦੇ ਸਟੋਰ ਰਾਮ ਕੋਟ ਵਾਲਾ ਸੁਰੇਸ਼ ਬਾਲ ਨੀ ਵਧਾਏ ਜਾਂਦੇ ਮੇਰੀ ਮੈਂ ਬੰਦੇ ਵੀ ਵਧਾਏ ਵਾਲੇ ਨੇ ਔਰ ਸਾਹਮਣੇ ਕਦੇ ਕਮਾਲ ਕਰ ਗਿਆ ਵੀ ਇਕੱਲੇ ਬਾਲ ਨੀ ਵਧਾਏ ਜਾਂਦੇ ਮੇਰੀ ਔਰ ਸਾਹਮਣੇ ਵਧਾਏ ਵੀ ਨਹੀਂ ਵਧਾਏ ਵਾਲੇ ਨੇ ਲੱਗੇ ਹੁੰਦੇ ਆ ਗੱਲਾਂ ਸਾਹਮਣੇ ਤੱਕਾਂਗੇ ਇੱਧਰ ਵੀ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਦੋ ਨੰਬਰ ਗਰਾਊਂਡ ਦੇ ਵਿੱਚ ਦੁਨੀਆਂ ਦੀ ਨਜ਼ਰ ਜਿਹੜੀ ਬਣੀ ਹੋਈ ਹੈ ਮੇਰੇ ਵੀਰੋ ਇੱਥੋਂ ਵਾਪਸੀ ਕਰਨਗੇ ਮੁੰਡੇ ਬਾਲਕਾਂ ਵਾਲੇ ਹੋ ਸਾਹਮਣੇ ਤੱਕਾਂਗੇ ਕਹਿੰਦੇ ਹੋ ਭੱਲੇ 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 ਕਿਵੇਂ ਲੱਗਿਆ ਕੰਮ ਤਾਰੀ ਤੁਰੀ ਹੈਗੀ ਪਾਸੇ ਬਾਰੇ ਕਾਲੇ ਮੁੰਡਿਆਂ ਨੇ ਬਣਾ ਲਏ ਦੂਜੇ ਪਾਸੇ 16 ਪੁਆਇੰਟ ਹੈ ਆ ਕਹਿੰਦੇ ਮੁੰਡਾ ਬੱਲੇ ਬੱਲੇ ਕਰਾ ਰਿਹਾ ਜਿਹੜਾ ਸੈਂਟਰ ਦੇ ਵਿੱਚ ਖੇਡਦਾ ਸਚਿਨ ਦੇ ਨਾਮ ਹੈ ਤੇ ਕਹਿੰਦੇ ਬੱਲੇ ਬੱਲੇ ਕਰਾਈਆਂ ਦੋ ਬਾਲਾਂ ਬਹੁਤ ਚੋਟੀ ਦੀਆਂ ਮਾਰੀਆਂ ਸਾਹਮਣੇ ਕਹਿੰਦੇ ਰਵੀ ਖੜਾ ਮੇਰੇ ਵੀਰੋ ਬਹਾਦਰ ਗਿਰੀਆ ਉਹਨੇ ਵੀ ਬਹੁਤ ਟੌਪ ਨੇ ਕਹਿੰਦੇ ਬੱਲੇ 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 ਪੁਆਇੰਟ ਜੁੜਦਾ ਜਾਂ ਫਿਰ ਸਰਵਿਸ ਆਓ ਜਿਹੜੀ ਚੇਂਜ ਹੁੰਦੀ ਹੈ ਮੇਰੇ ਵੀਰੋ ਫੈਸਲੇ ਆਓ ਛੇੜੇ ਹੋ ਜਾਣੇ ਉੱਧਰ ਸਰਵਿਸ ਜਿਹੜੀ ਚੇਂਜ ਹੈ 16 ਪੁਆਇੰਟ ਆ ਇਹ ਪਾਸੋਂ ਸਰਵਿਸ ਹੋਊਗੀ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਇੱਕ ਚ ਮੈਚ ਸਮਾਪਤ ਹੋ ਗਿਆ ਜੀ ਹੋ ਗਿਆ ਬਾਈ ਜੀ
ਮੁੰਡੇ ਕਹਿੰਦੇ ਜੋਗੀ ਵਾਲੇ ਵੀ ਜਿੱਤ ਗਏ ਜਿਹੜਾ ਮੈਚ ਕਹਿੰਦੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਆਹ ਉਧਰ ਵੀਰ ਆ ਸਾਡਾ ਕਹਿੰਦੇ ਪਾਲਾ ਬਰਾੜ ਆਲ ਕੋਟੀ ਦਾ ਵੀ ਕਬੱਡੀ ਦਾ ਵੀ ਕਹਿੰਦੇ ਵੀ ਆਪਾਂ ਇੱਕ ਉੱਚ ਕੋਟੀ ਦਾ ਕਹਿੰਦੇ ਖਿਡਾਰੀ ਹੋਇਆ ਹੈ ਆਰ ਕਹਿੰਦੇ ਕਬੱਡੀ ਖੇਡਦਾ ਖੇਡਦਾ ਜਾ ਵਸਿਆ ਕਹਿੰਦੇ ਕਨੇਡਾ ਦੀ ਧਰਤੀ ਤੇ ਆਰ ਸਾਡਾ ਵੀਰ ਕਹਿੰਦੇ ਵਿਸ਼ੇਸ਼ ਤੌਰ ਤੇ ਸਿੱਧੀਆਂ ਤਾਰਾਂ ਕਹਿੰਦੇ ਜੋੜੀ ਬੈਠਾ ਆਹ ਦੋ ਜਿਹੜੇ ਲਾਸਟ ਕਹਿੰਦੇ ਕੁਆਟਰ ਫਾਈਨਲ ਹੈਗੇ ਬਾਈ ਜੀ ਆਪਾਂ ਸੈਮੀ ਫਾਈਨਲ ਦੀਆਂ ਟਾਈਆਂ ਕੱਢਣ ਲੱਗੇ ਹਾਂ ਆਹ ਇੱਕ ਖਿਡਾਰੀ ਆ ਗਏ ਜੋਗੀ ਵਾਲ ਦੀ ਟੀਮ ਦਾ ਇੱਕ ਪਲੇਅਰ ਜੋਧਪੁਰੀਆ ਆਹ ਦੋ ਮੈਚ ਜਿਹੜੇ ਖੇਡੇ ਜਾ ਰਹੇ ਆ ਲਾਈਵ ਦੇ ਸਾਹਮਣੇ ਟਾਈਆਂ ਕੱਢਾਂਗੇ ਆਹ ਆ ਕੇ ਪਲੀਜ਼ ਆਪਾਂ ਟਾਈਆਂ ਜਿਹੜੀਆਂ ਹੁਣ ਜ਼ਰੂਰ ਦੇਖ ਲਈਏ ਆਹ ਮੈਨੂੰ ਲੱਗਦਾ ਨੰਬਰ ਨਰਿੰਦਰ ਉੱਧਰ 16 ਨੇ ਆਰ ਕਹਿੰਦੇ 1200 ਚੇਂਜ ਹੋ ਗਿਆ ਇੱਧਰ ਸੈਮੀ ਦੀਆਂ ਟਾਈਆਂ ਜਿਹੜੀਆਂ ਦੌੜ ਦਿੱਤੀਆਂ ਜਾ ਰਹੀਆਂ ਹੈ ਜਿੱਤੋਂ ਟੀਮਾਂ ਸਾਡੇ ਕੋਲ ਆ ਸਕਦੀਆਂ ਜੋ ਟਾਈਆਂ ਵੇਖਣੀਆਂ ਤਾਂ ਲਾਈਵ ਦੇ ਸਾਹਮਣੇ ਕੱਢਣ ਲੱਗਿਆ ਦੋ ਨੰਬਰ ਫੈਲੋ ਜੀ ਇੱਕ ਖਿਡਾਰੀ ਆ ਜਾਓ ਯਾਰ ਜੋਗੀ ਆਉਣ ਦੀ ਟੀਮ ਦਾ ਜੋਗੀ ਵਾਲਾ ਇੱਕ ਪਲੇਅਰ ਆ ਜਾਓ ਔਰ ਇੱਕ ਖਿਡਾਰੀ ਜੋਧਪੁਰੀ ਦੀ ਟੀਮ ਦਾ ਔਰ ਆਪਾਂ ਲਾਈਵ ਦੇ ਸਾਹਮਣੇ ਟਾਈਆਂ ਕੱਢ ਰਹੇ ਜੇ ਕੋਈ ਵੀਰ ਆ ਕੇ ਦੇਖਣਾ ਚਾਹੁੰਦਾ ਤੇ ਆ ਕੇ ਹੁਣ ਤੁਸੀਂ ਦੇਖ ਸਕਦੇ ਲਓ ਜੀ ਟਾਈਆਂ ਦੇਖੋ ਸੈਮੀ ਦੀਆਂ ਵੀਰੇ ਇੱਧਰ ਲਾਈਵ ਦੇ ਸਾਹਮਣੇ ਆਪਾਂ ਟਾਈਆਂ ਕੱਢ ਰਹੇ ਜੇ ਕੋਈ ਭਰਾ ਕੇ ਦੇਖਣਾ ਚਾਹੁੰਦਾ ਤੇ ਪਲੀਜ਼ ਆਪਾਂ ਦੇਖ ਲਈਏ ਮੇਰੀ ਬੇਨਤੀ ਹੈ ਵੀਰਾਂ ਨੂੰ ਸਹਾਰਨਪੁਰ ਤੇ ਬਾਲੀਗਿਰੀ ਜੇਤੂ ਜੇਤੂ ਦਾ ਮੈਚ ਲੱਗਣਾ ਜੋਧਪੁਰੀ ਨਾਲ ਮੈਚ ਕਾਹਦੇ ਨਿਕਲੇਗਾ ਆਹ ਨਿਕਲਦੇ ਮੇਰੀ ਆਗੀ ਆ ਭਾਈ ਆ ਜਿਹੜੀ ਟੀਮ ਬਾਰੇਕਾ ਤੇ ਸਹਾਰਨਪੁਰ ਦੇ ਵਿੱਚ ਜਿੱਤ ਗਈ ਅਗਲਾ ਪੇਚਾ ਪੈਣਾ ਜੋਧਪੁਰੀ ਦੀ ਟੀਮ ਦਾ ਤਾਲੀ ਜ਼ੋਰ ਨਾਲ ਮਾਰਦੇ ਹੈ ਆਹ ਜਿਹੜੀ ਟੀਮ ਕਹਿੰਦੇ ਖਾਲਿਆ ਤੇ ਰਾਮਪੁਰ ਦੇ ਵਿੱਚ ਜਿੱਤੇਗੀ ਅਗਲਾ ਮੈਚ ਕਹਿੰਦੇ ਖੇਡਿਆ ਜਾਣਾ ਜੋਗੀਵਾਲ ਦੀ ਟੀਮ ਦੇ ਨਾਲ ਆਹ ਟੀਮਾਂ ਸਾਰੇ ਆਪਣੇ ਆਪ ਨੂੰ ਆਹ ਵਾਰਮਅਪ ਕਰਕੇ ਹੁਣ ਗਰਾਊਂਡਾਂ ਦੇ ਨੇੜੇ ਆ ਕੇ ਆਹ ਦੋਨੇ ਰੈਡੀ ਜਿਹੜੇ ਰੱਖਣਗੇ ਆਹ ਸਾਹਮਣੇ ਮੈਚ ਕਹਿੰਦੇ ਦੋਨੇ ਗਰਾਊਂਡਾਂ ਦੇ ਵਿੱਚ ਤਗੜੇ ਖੇਡੇ ਆ ਰਹੇ ਆ ਔਰ ਟੱਕਰ ਕਹਿੰਦੇ ਕੁਆਟਰ ਆਹ ਫਾਈਨਲ ਹੀ ਹੈ ਤੇ ਕਿਹੜੀ ਟੀਮ ਨੇ ਜਿੱਤ ਕੇ ਇੱਧਰ ਸੈਮੀ ਫਾਈਨਲ ਵਿੱਚ ਪਹੁੰਚਣਾ ਔਰ ਕਿਹੜੇ ਧੰਨ ਧੰਨ ਕਹਿੰਦੇ ਕਰਾਉਣੇ ਆ ਵੀ ਜਦੋਂ ਸੱਜੇ ਦੇ ਲੋਕ ਕਰੀਏ ਪਿਆਰ ਔਰ ਧੋਖੇ ਵਿੱਚ ਨਹੀਂ ਰੱਖੀ ਦਾ ਔਰ ਵੀਡੀਓ ਵੇਖ ਕੇ ਸੱਜਣਾ ਦੀ ਕਦੇ ਟੁੱਟ ਪਿੱਛੇ ਦੀ ਹੱਸੀ ਦਾ ਤੇ ਸਾਧੂ ਨੂੰ ਬੰਦਾ ਬੋਲੀਏ ਦਾ ਔਰ ਪਛਤਾਉਣਾ ਪੈ ਜਾਂਦਾ ਜਿਹੜਾ ਪਛੱਤਰ ਫਾੜ ਕੇ ਦਿੰਦਾ ਔਰ ਲੱਪਰ ਔਰ ਮਾਰ ਕੇ ਲੈ ਜਾਂਦਾ ਜਿਹੜਾ ਪਛੱਤਰ ਫਾੜ ਕੇ ਦਿੰਦਾ ਔਰ ਕੱਲੇ ਕੱਲੇ ਖਿਡਾਰੀ ਦਾ ਜ਼ੋਰ ਕਦੇ ਮੇਰੇ ਮਿੱਤਰੋਂ ਲੱਗਿਆ ਹੋਇਆ ਔਰ ਸਾਹਮਣੇ ਕਦੇ ਸਾਡੇ ਅੰਦਰ ਹੀ ਕਮਾਲ ਕਦੇ ਕਰ ਗਿਆ ਨਵੇਂ ਦਬਾਅ ਕਿੰਨੇ ਹੋ ਗਏ ਨੰਬਰ ਇੱਧਰ 12 ਤੇ ਇੱਧਰ 16 ਹੀ ਆ 17 ਨੇ ਇੱਧਰ 12 ਤੇ 17 ਦੇ ਆਰ ਦੇ ਪਾਸੇ ਵੀ ਆਪਾਂ
ਨੰਬਰ ਜਿਹੜੇ ਜ਼ਰੂਰ ਸਾਂਝੇ ਕਰ ਦਈਏ। ਨਾਲੇ ਸੁਰੇਸ਼ ਅੰਦਰ ਕਿੰਨੇ ਹੋ ਗਏ ਨੰਬਰ ਪੁੱਛੀ ਭਲਾ ਵਧੀਆ ਲੱਗੂ ਬਿਮਾਰ ਮੈਨੂੰ ਵੀ ਪਹਿਲਾਂ ਲੱਗਦਾ ਸੀ ਮਾਲਾ ਦੇਖ ਲਈ ਇਹਨਾਂ ਤੋਂ ਜੇਤੂ ਰਹੋ ਜੇਤੂ ਨਿਕਲ ਉਹੀ ਨਿਕਲਿਆ ਰਾਤ ਫਿਰ ਚੱਲੀਏ ਉੱਧਰ ਤੜਕ ਜਾਣਾ ਦੇਖਦੇ ਮੇਰੇ ਨਾਲ ਹੀ ਨੇ ਇਹਨਾਂ ਨੇ ਜਾਣਾ ਹੀ ਜਾਣਾ ਗਾ ਜੇ ਮੈਂ ਇੱਥੇ ਰਿਹਾ ਵੀ ਕੁਛ ਤਾਂ ਗੱਡੀ ਇਹ ਲੈ ਕੇ ਜਾਣਗੇ ਮੋਹਰੀ ਲੈ ਜਾਣਗੇ ਮੇਰੇ ਵਾਲੀ ਗੱਡੀ ਫਿਰ ਇਹਨਾਂ ਨੂੰ ਨੀ ਕੋਈ ਸਾਧਨ ਹੈਗਾ ਜਾਂ ਦੇਖਦਾ ਮੈਂ ਵੀ ਇਹਨਾਂ ਦੇ ਨਾਲ ਹੀ ਜਾਊਂ ਮੈਂ ਵੀ ਇਹਨਾਂ ਕੋਲ ਹੀ ਰਹਿ ਗਈ ਫਿਰ ਗਾਹਾਂ ਇਹਨਾਂ ਨੂੰ ਫਿਰ ਮੁੜ ਕੇ ਆਉਣਾ ਪੈਣਾ ਕਿਉਂ ਇਹਨਾਂ ਨੂੰ ਛੱਡਣ ਤਾਂ ਜਾਊਂਗੇ ਜਾਣਾ ਤਾਂ ਪੈਣਾ ਹੀ ਅੱਜ ਨਹੀਂ ਕਹਿਣੇ ਵਾਲੇ ਮੈਨੂੰ ਨਹੀਂ ਚਾਹੇ ਇਹਨਾਂ ਦੇ ਨਾਲ ਵਗ ਜਾਣ ਚਾਹੇ ਇਹਨਾਂ ਨੂੰ ਛੱਡਣ ਵਗ ਜਾਣ ਗੱਡੀ ਲੈ ਜਾਣਗੇ ਹਾਂ ਫਿਰ ਮੈਂ ਇੱਧਰ ਕੀ ਕਰੂੰਗਾ ਬਹੁਤ ਕਹਿਣਾ ਜੀ ਉਹ ਤਾਂ ਮੈਨੂੰ ਆਹ ਅੱਜ ਕੋਚ ਹੁਣ ਤਾਂ ਆਇਆ ਬੋਤੇ ਹੀ ਦਿਖੇ ਪਏ ਨੇ 31 ਤਰੀਕ ਤੱਕ ਲਗਾਤਾਰ ਬੋਤੇ ਦਿਖੀ ਜਾਂਦੇ ਆ ਹਾਂਜੀ ਵਧੀਆ ਨਵੀਨ ਬਾਈ ਜੋਧਪੁਰੀ ਦਾ ਮੈਚ ਲੱਗਣਾ ਗਾ ਸੈਮੀ ਆਪਣੇ ਕੋਲ ਮੈਚ ਚੱਲਦਾ ਬਾਰੇਕੇ ਅਤੇ ਸਹਾਰਨਪੁਰ ਯੂਪੀ ਦਾ ਉਹਦੀ ਜੇਤੂ ਆਹੋ ਉਹਦੀ ਜੇਤੂ ਨਾਲ ਜੋਧਪੁਰੀ ਦਾ ਲੱਗੂ ਸੈਮੀ ਹੈ ਨਹੀਂ ਨਹੀਂ ਲਾਈਵ ਦੀ ਬੈਠਾ ਠੀਕ ਹੈ ਪੁਆਇੰਟ 16-17-12 ਨੇ ਮੇਰੀ ਗੱਲ ਤਾਂ ਸਚਿਨ ਯਾਰ ਹਾਂਜੀ ਹਾਂਜੀ ਪ੍ਰੀਤ ਮਾਨ ਮੋਹਾਲੀ ਕਨੇਡਾ ਲਾਈਵ ਆ ਬਾਈ ਪ੍ਰੀਤ ਮਾਨ ਮੋਹਾਲੀ ਕਨੇਡਾ ਧੰਨਵਾਦ ਕਰਦੇ ਹਾਂ ਨੰਬਰ ਨੇ ਯੂਪੀ ਦੀ ਟੀਮ ਨੇ ਆਰ ਜੇ ਕਿਤੇ ਹੁਣ 15ਵਾਂ ਜੁੜ ਗਿਆ ਹੱਥ ਨੂੰ ਵੀ ਪੈਂਦਾ ਯਾਰ ਧੁੱਟਣਾ ਜੇ ਗੁੱਟ ਕੇ ਚੜਾਉਣਾ ਹੋਵੇ ਕਰੇ ਨੂੰ ਆ ਪੈਥਿਆਂ ਨੂੰ ਦੁਨਿਆਰੀ ਪੂਜਦੀ ਆ ਵੀ ਸਦਾ ਹੁੰਦੀ ਆ ਰਾਮਗੁਰ ਨੇ ਰਾਮਗੁਰ ਵਾਲੇ ਮੁੰਡਿਆਂ ਦੇ ਆ 6 ਨੰਬਰ ਦੇ ਖਾਰੀਏ ਦੀ ਟੀਮ ਨੂੰ ਕਰਦਾ
ਚਾਰ ਦਾ ਕੈਂਪਰ ਭਰਿਆ ਵਾ ਟੂਰਨਾਮੈਂਟ ਸਾਰੀ ਸਾਰੀ ਰਾਤ ਤੇਰਾ ਮੱਲੇ ਕਾ ਹੋਰ ਵਾਲਾ ਆਪਣਾ ਰਿੰਕੂ ਵਾਲਾ ਹੀ ਨਹੀਂ 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 ਮੇਰਾ ਮੱਲੇ ਕਾ ਹੀ ਹੈ ਉਹ ਵੀ ਹਾਂ ਉਹ ਮੱਲੇ ਵਾਲਾ ਮੇਰਾ ਮੱਲੇ ਕਾ ਉਹਦਾ ਪਿੰਡ ਮੱਲੇ ਵਾਲਾ ਮੇਰਾ ਇੱਕ ਮੱਲੇ ਵਾਲੇ ਦਾ ਉਹ ਗਗਨ ਮੱਲੇ ਵਾਲਾ ਮੱਲ ਵਾਲਾ ਬਠਿੰਡੇ ਜਾਓ ਮੈਂ ਕਹੂੰਗਾ ਮੈਂ ਕੀ ਕਹਿੰਦਾ ਉਹ ਤਾਂ ਮੱਲ ਸਿੰਘ ਵਾਲਾ ਇੱਕ ਜਿਹਨੇ ਲੱਖ ਰੁਪਈਆ ਬਾਲੀ ਦਾ ਦਿੱਤਾ ਸੀ ਗਗਨ ਗਗਨ ਮੱਲੇ ਵਾਲਾ ਸ਼ਾਇਦ ਸਾਡੇ ਪਿੰਡ ਦੀ ਕਬੱਡੀ ਟੀਮ ਬਹੁਤ ਵਧੀਆ ਹੈਗੀ ਹੈ ਐਤਕੀ ਮੈਂ 20 ਟੂਰਨਾਮੈਂਟ ਖੇਡੇ ਹੁੰਦੇ ਮੇਰੇ ਪਿੰਡ ਵਾਲੇ ਨੇ ਕਬੱਡੀ ਵਾਲਾ ਜ਼ਿਲ੍ਹਾ ਪੱਧਰ ਦੀ ਜਦੋਂ ਮੇਰੇ ਪਿੰਡ ਇੰਟਰ ਹੁੰਦੇ ਆ ਉਦੋਂ ਤਾਂ ਇਹ ਲੱਗਦਾ ਕਿੰਨਾ ਨਵਾਬ ਕਿੰਨੇ ਹੋ ਗਏ ਨਵਾਬ 8 ਦੇ 15 ਆਰ ਇੱਧਰ ਨੰਬਰ ਨੇ 16
ਔਰ ਮੇਰੇ ਮਿੱਤਰੋ ਕਹਿੰਦੇ ਟੱਕਰ ਜਿਹੜੀ 17 ਦੀ ਹੋਇਆ ਔਰ ਬਾਈਆਰ ਜਿਹੜੇ ਜਿਹੜੇ ਕਹਿੰਦੇ ਆ ਵੀ ਮੁੰਡੇ ਹੁਣ 17ਵਾਂ ਵੀ ਜੋੜਨਗੇ ਇੱਕ ਤਾੜੀ ਤਾਂ ਮਾਰਿਆ ਬਾਰੇਗਾ ਦੀ ਟੀਮ ਨੇ ਹਾਏ ਮੇਰਿਆ ਰੱਬਾ ਔਰ ਜਦੋਂ ਕਹਿੰਦੇ ਸਚਿਨ ਤੇ ਬਾਲਕ ਨੇ ਡਰਦੇ ਆ ਔਰ ਕਹਿੰਦੇ ਨੇ ਕਾਲਜ ਕਹਿੰਦੇ ਗੁਰਦੁਆਰੇ ਹੋ ਕੇ ਮੁੜਦੇ ਆ ਔਰ ਸਾਹਮਣੇ ਨੰਬਰ ਪੁਆਇੰਟ 17-17 ਹੋ ਗਈ ਹਾਂ ਹਾਂ ਇਹ ਤੋਂ ਫਰਕ ਵਾਕਈ ਵਾਕਈ ਇਹ ਨੀ ਕਹਿੰਦੇ ਜ਼ੋਰ ਪੂਰਾ ਲੱਗਿਆ ਖੇਡਦੇ ਮੈਦਾਨ ਅੰਦਰ ਬਰਾਬਰੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਬਹੁਤ ਤਕੜੀਆਂ ਟੀਮਾਂ ਜਿਹੜੀਆਂ ਆਮਣੋ ਸਾਹਮਣੇ ਜਿਹੜੀਆਂ ਟੱਕਰ ਦੇ ਵਿੱਚ ਖੜੀਆਂ ਮੇਰੇ ਵੀਰੇ ਉਹ ਬਹੁਤ ਮਿਹਨਤ ਕਰਕੇ ਪਲੇਅਰ ਅੱਜ ਇੱਥੋਂ ਤੱਕ ਆਏ ਹੈ ਉਗਦੇ ਸੂਰਜ ਦੀਆਂ ਫੋਟੋਆਂ ਕਮਰਿਆਂ 'ਚ ਲਾ ਕੇ ਜਾਂ ਤੇਜ਼ ਦੌੜਦੇ ਹੋਏ ਘੋੜਿਆਂ ਦੀਆਂ ਫੋਟੋਆਂ ਕਮਰਿਆਂ 'ਚ ਲਾ ਕੇ ਸਟਾਰ ਨਹੀਂ ਬਣਿਆ ਜਾਂਦਾ ਸੂਰਜ ਉੱਗਣ ਤੋਂ ਪਹਿਲਾਂ ਉੱਠਣਾ ਪੈਂਦਾ ਏ ਤੇਜ਼ ਦੌੜਦੇ ਘੋੜਿਆਂ ਤੋਂ ਤੇਜ਼ ਇਹਨਾਂ ਗਰਾਊਂਡਾਂ ਦੇ ਵਿੱਚ ਦੌੜਨਾ ਪੈਂਦਾ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਫਿਰ ਜਾ ਕੇ ਇੱਕ ਪਲੇਅਰ ਪੈਦਾ ਹੁੰਦਾ ਬਹੁਤ ਸਾਰੀ ਮਿਹਨਤ ਲੱਗਦੀ ਹੈ ਬਹੁਤ ਸਾਲ ਗਾਲਣੇ ਪੈਂਦੇ ਆ ਵਾਲੀਬਾਲ ਦੇ ਵਿੱਚ ਫਿਰ ਜਾ ਕੇ ਇੱਕ ਪਲੇਅਰ ਪੈਦਾ ਹੁੰਦਾ ਵਾਕਈ ਕਹਿੰਦੇ ਅੱਜ ਬਹੁਤ ਤਕੜੇ ਮੈਚ ਦੀ ਸ਼ੁਰੂਆਤ ਹੈ ਸਚਿਨ ਬੱਲੇ ਬੱਲੇ ਘਰਾ ਰਿਹਾ ਹੈ ਨੀ ਕਹਿੰਦੇ ਸਵਾਦ ਪੂਰਾ ਵਧਿਆ ਵਾਪਸੀ ਮੁੰਡੇ ਕਰ ਗਏ ਹੌਲੀ ਹੌਲੀ ਕਰਕੇ ਜੇ ਨੰਬਰ 17ਵਾਂ ਜੁੜ ਗਿਆ ਫਿਰ ਸਮਝ ਲਓ ਵੀ ਪਟਾਕੇ ਪੈਣਗੇ ਵੀ 18ਵਾਂ ਧੱਕੇ ਨਾਲ ਜੁੜੂਗਾ ਹੈਪੀ ਇਹ ਗੱਲ ਪੱਕੀ ਹੈ ਵੀ 18ਵਾਂ ਨੰਬਰ ਧੱਕੇ ਨਾਲ ਲਾ ਲੈਣਾ ਬਾਹਰ ਜੁੜਨਾ ਕਹਿੰਦੇ ਕਿਸੇ ਗੱਲ ਕਰਕੇ ਯਾਰ ਮੈਨੂੰ ਲੱਗਦਾ ਵੀ ਬਾਲਕ ਦੇ ਰਾਈਟ ਹੈ ਇੱਕ ਤਾਰੀ ਮਾਰੋ ਯਾਰ ਨੰਬਰ ਲਾਸਟ ਕਦੇ ਆ ਗਿਆ ਹਰ ਸਾਹਮਣੇ ਕਦੇ ਬਾਰੇ ਤਾਂ ਵਾਲੇ ਮੁੰਡੇ ਹਰ ਜਿੱਤਦੇ ਆਪਾਂ ਇਹਨਾਂ ਨੂੰ ਵੀ ਜਿੱਤ ਕਦਮ ਹੁਣ ਹਰ ਕਦੇ ਦੂਰ ਦੇ ਖੜਿਆ ਨੰਬਰ ਲਾਸਟ ਹੈ ਹਰ ਯੂਪੀ ਵਾਲਿਆ ਪਿੰਡਾ ਮਿੱਤਰ ਬਹੁਤ ਲੰਬਾ ਹੈ ਹਰ ਵਾਟਾਂ ਕਦੇ ਦੂਰ ਦੀਆਂ ਨੇ ਕੱਲਾ ਕੱਲਾ ਕਿਲੋਮੀਟਰ ਆਓ ਕਦੇ ਮੁੱਕਣ ਕੇ ਨਹੀਂ ਆਉਣਾ ਹਰ ਇੱਥੇ ਲੱਗਣਾ ਕੱਲਾ ਕੱਲਾ ਕਿਲੋਮੀਟਰ ਜਿਹੜੇ ਚਿੱਟ ਮੁੜਦੀ ਦੀ ਝਾਤ ਚੜ੍ਹਾਈ ਕਦੇ ਚੜ੍ਹਦੀ ਹੋਵੇ ਆਹ ਨੰਬਰ ਲਾਸਟ ਹੈ ਪਰ ਹਾਲੇ ਕੁਝ ਵੀ ਕਰ ਸਕਦਾ ਇਹਦਾ ਕੋਈ ਪਤਾ ਨਹੀਂ ਹੈ ਵੀ ਰਹਿ ਕੇ ਨਸ਼ਿਆਂ ਤੋਂ ਦੂਰ ਹੈ ਆਓ ਝਲਣੀ ਪੈਂਦੀ ਆ ਝਲਣਾ ਤੇ ਬੜਾ ਔਖਾ ਹੁੰਦਾ ਸਾਲ ਸੋਲ੍ਹਾਂ ਸੰਭਾਲਣਾ ਤੇ ਟਾਕੇ ਹਨੇਰਿਆਂ ਤੋਂ ਆਓ ਘਰੇ ਮਿਲਾਉਂਦੇ ਜੋ ਹੈ ਹੱਦ ਕੁਛ ਵੀ ਨਹੀਂ ਆਉਂਦਾ ਬਸ ਰਹਿੰਦੇ ਪਛਤਾਉਂਦੇ ਹੋ ਆਓ ਹੱਦ ਕੁਛ ਵੀ ਨਹੀਂ ਆਉਂਦਾ ਬਸ ਰਹਿੰਦੇ ਆਓ ਪਛਤਾਉਂਦੇ ਹੋ ਇਹ ਵੀ ਸਿਆਣੇ ਹੈ ਹਰ ਬਹਾਦਰ ਵਰਗੂ ਬਾਲ ਕੋਈ ਬਣਾ ਕੇ ਨਹੀਂ ਦੇਈ ਆਉਂਦੇ ਹੈ ਇਹ ਵੀ ਬਾਲੇ ਤਮਾਕੀ ਹੈ ਬਾਲ ਕੋਈ ਬਣਾ ਕੇ ਨਹੀਂ ਦਿੰਦੇ ਹੈ ਨਵੀਂ ਬਹਾਦਰ ਵਾਲਿਆ ਇਹ ਤੇ ਹੁਣ ਭੱਜ ਦੌੜ ਕਰਕੇ ਬਾਲ ਕੋਈ ਨਾ ਕੋਈ ਹੈ ਆਓ ਮਿੱਤਰਾਂ ਕਦੇ ਬਣਾਉਣੇ ਪੈਣੇ ਹੈ ਪਰ ਸਾਹਮਣੇ ਉਧਰ ਸਰਵਿਸ ਫਿਰ ਕਦੇ ਚੇਂਜ ਹੋ ਗਈ ਆਹ ਕਦੇ ਲੱਗਦਾ ਵੀ ਗੱਲ ਜਿਹੜੀ ਹੁਣ ਇੱਕੀਆਂ ਤੇ ਚਲੀ ਗਈ ਹੈ ਨਹੀਂ ਗਈ ਜਿਹੜਾ ਉਧਰ 17 ਸੀ ਠੀਕ ਹੈ ਜੀ 17 ਹੀ ਸੀ ਹਜੇ ਉਧਰ 17 ਹੀ ਹੈ ਜੋੜ ਸਕਦਾ 18ਵਾਂ ਔਰ ਉਧਰ ਮੁੰਡੇ ਕਦੇ ਜਿੱਤ ਗਿਆ ਰਾਮ ਕੋਟ ਵਾਲੇ ਔਰ ਹੁਣ ਪੇਚਾ ਪੈਣਾ ਕਦੇ ਜੋਗੀਆਂ ਦੀ ਟੀਮ ਦੇ ਨਾਲ ਕੋਈ ਵੀ ਜਨ ਨਹੀਂ ਕੋਈ ਵੀ ਜਨ ਨਹੀਂ
ਰਾਮਕੋਟ ਵਾਲੇ ਮੁੰਡੇ 507 ਮਿੰਟ ਦਾ ਰੈਸਟ ਹੈ, 5-7 ਮਿੰਟ ਰੈਸਟ ਕਰਕੇ ਗਰਾਊਂਡ ਦੇ ਲਾਗੇ ਆ ਜਾਣਗੇ। ਇੱਕ ਨੰਬਰ ਗਰਾਊਂਡ ਦੇ ਵਿੱਚ ਆਪਾਂ ਪਹਿਲੇ ਸੈਨੀ ਦੀ ਸ਼ੁਰੂਆਤ ਜਿਹੜੀ ਕਰ ਦੇਣੀ ਹੈ ਮੇਰੇ ਵੀਰੇ, ਉਹ ਇੱਧਰ ਤੱਕਾਂਗੇ, ਇੱਧਰ ਵੀ ਕਾਲੀ ਬੱਲੇ 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 ਹਰ ਦੋਵੇਂ ਬੱਲਾ ਤਾੜੀ ਮਾਰਨ ਦਾਲੇ ਦਾਲੇ ਮੁੰਡਿਆਂ ਲਈ ਜ਼ੋਰਦਾਰ। ਅੱਜ ਦੇਖੋ ਕਿੱਥੋਂ ਲੀਡ ਪੱਟ ਕੇ ਹਰ ਮੁੰਡੇ ਕਦੇ ਦਾਸੀ ਕਰਕੇ ਕਦੇ ਮੈਚ ਕਦੇ ਜਿੱਤ ਗਏ ਹੈ ਹਰ ਠੀਕ ਹੈ ਜੀ ਜਿੱਤਿਆ ਕੌਣ ਮੈਂ ਤਾਂ ਜਿੱਤੀਆਂ ਸ਼ਰਤ ਨਾਲ ਜਿੱਤਿਆ ਫਿਰ